सब सदर सहमे तब सब चंगिया सब सदर सहमे तब सब चंगिया सिद्धापुरे तिने ना पाया तुद बिनेश तिने ना पाया करन मिले ना ठाए रखाया करन मिले ना बड़े मेरे साहिबर गुड़ी गई बची सारे मेरे बोलो बड़े मेरे साहिबा आखण वाला क्या विचारा आखण वाला क्या विचारा सिफती परे तेरे पंडाला सिफती परे जिस तूने तिसने क्या चाला जिस तूने तिसने क्या चाला नानक सच समान नानक सच बड़े मेरे साहिबा गहर गंभीरा गुणी गहीरा कोई न जाने तेरा केता के बचीरा पड़ोड़ो बड़े मेरे साहिबा गहर गंभीरा गुनी गहीरा कोई न जाने तेरा केता के बचीरा सारी संगत बोलो प्यारा सारे हाजरी नहीं ला रहे प्यारे वाहे गुरु वाहे
ਮੇਰੇ ਤੋਂ ਬਾਅਦ ਵੀਰ ਫਿਰ ਭੈਣਾਂ ਗੱਜ ਕੇ ਵੱਡੇ ਕੀਆਂ ਵਡਿਆਈਆਂ
थोड़ा ऊंची मेरी
ਬੇਨਤੀ ਹੈ ਸਿੱਧੀ ਦਾਸ ਦੇ ਦਾਸ ਦੇ ਨਾਲ ਬੋਲਣ, ਤੁਹਾਡੀ ਆਵਾਜ਼ ਮੈਂ ਤੁਹਾਡੇ ਰਾਹੀਂ ਸੁਣਨੀ ਹੈ, ਕੋਈ ਢਿੱਲਾ ਨਾ ਬੋਲੇ ਵੀਰ ਮੇਰਾ। ਤੀਜੀ ਵਾਰੀ ਵਾਰੀ ਭੈਣਾ ਬੋਲ, ਜਥਾ ਨਾ ਬੋਲ ਬੋਲ ਬੋਲੋ ਭੈਣਾ ਵੱਡੇ ਮੇਰੇ ਸਾਹਿਬਾ ਸਾਹਿਬਾ ਗਹਿਰ ਗੰਭੀਰਾ
ਚਲਾਓ ਵਾਹਿ 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 ਬੜੇ ਪਿਆਰ ਕਰੋ ਜੀ ਸਤਿ ਅਗਰ ਅਜੇ ਵੀ ਕੋਈ ਰਹਿ ਗਿਆ ਬੇਨਤੀ ਨੂੰ ਕਰੋ ਪ੍ਰਮਾਣ ਇੱਕ ਵਾਰੀ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ, ਉਸ ਦਿਨ ਨੂੰ ਸਮਰਪਿਤ ਕਰਕੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨੌਜਵਾਨ ਵੀਰਾਂ ਨੇ ਉਦਮ ਉਪਰਾਲਾ ਕੀਤਾ, ਅੱਜ ਦਾ ਇਸ ਸਮਾਗਮ ਲਿਖਿਆ। ਅਸੀਂ ਆਪਣੀ ਡਿਊਟੀ ਨਿਭਾਈਏ। ਕਈ ਕਹਿੰਦੇ ਆ ਜੀ ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਮਨ ਨਹੀਂ ਲੱਗਦਾ। ਮਨ ਲਾਉਣਾ ਉਹਦੀ ਡਿਊਟੀ ਹੈ, ਤੂੰ ਸਰੀਰ ਕਰਕੇ ਆਪਣੀ ਡਿਊਟੀ ਨਿਭਾ, ਯਤਨ ਕਰ ਮਨ ਜੁੜ ਜੁੜ ਕੇ, ਨਹੀਂ ਜੁੜਦਾ ਤਾਂ ਘਬਰਾ ਨਾ। ਇਹ ਕਮਾਈ ਵਾਲੇ ਗੁਰਸਿੱਖਾਂ ਦੇ ਬਚਨ ਨੇ, ਕਹਿੰਦੇ ਮਨ ਨਾ ਵੀ ਲੱਗੇ ਨਾ ਬਾਣੀ ਪੜ੍ਹਨੀ ਨਾ ਛੱਡ ਛੱਡ, ਮਨ ਨਾ ਵੀ ਲੱਗੇ ਸਿਮਰਨ ਕਰਨਾ ਨਾ ਛੱਡ ਛੱਡ। ਸਿਮਰਨ ਬਾਣੀ ਦਾ ਅਭਿਆਸ ਇਹੋ ਜਿਹਾ ਅਭਿਆਸ ਹੈ, ਅੱਗ ਨੂੰ ਭਾਵੇਂ ਕੋਈ ਹੱਸ ਕੇ ਅੱਖ ਲਾਵੇ, ਭਾਵੇਂ ਰੋ ਰੋ ਕੇ, ਭਾਵੇਂ ਜਾਣ ਬੁੱਝ ਕੇ ਲਾਵੇ ਤੇ ਭਾਵੇਂ ਲੱਗੇ ਕਿ ਜਾਣ ਬੁੱਝ ਕੇ ਅੱਗ ਨੂੰ ਹੱਥ ਹੱਥ। ਪਿਆਰਿਓ ਅੱਗ ਦਾ ਕੰਮ ਹੈ ਉਹਨੂੰ ਸਾੜ ਦੇਣਾ, ਜਾਣ ਕੇ ਕੋਈ ਹੱਥ ਲਾਵੇ ਤਾਂ ਵੀ ਸੜ ਸੜਦਾ, ਅਣਜਾਣ ਬੁੱਝ ਕੇ ਲੱਗੇ ਤਾਂ ਵੀ ਆਮੀ ਸੜ ਸੜਦਾ, ਹੱਸ ਕੇ ਲੱਗੇ ਤਾਂ ਵੀ ਸੜਦਾ, ਭਾਵੇਂ ਰੋ ਕੇ ਲੱਗੇ ਤਾਂ ਵੀ ਆਮੀ ਸੜਦੀ ਆ। ਇਸੇ ਤਰ੍ਹਾਂ ਬਾਣੀ ਯਤਨ ਕਰ ਮਨ ਜੋੜ ਕੇ ਪੜਨ ਦਾ ਯਤਨ ਕਰ, ਜੇ ਨਹੀਂ ਨਹੀਂ ਲੱਗਦਾ ਨਾ ਜਿਵੇਂ ਅੱਗ ਦਾ ਕੰਮ ਹੈ ਸਾੜਨਾ, ਉਸੇ ਤਰ੍ਹਾਂ ਬਾਣੀ ਦਾ ਕੰਮ ਵੀ ਤੇਰੇ ਪਾਪਾਂ ਨੂੰ ਸਾੜਨਾ। ਕਹਦੇ ਵਾਹ ਵਾਹ, ਓ ਹੋ ਹੋ, ਪਾਪਾਂ ਨੂੰ ਸਾੜਨਾ। ਗਿਆਨੀ ਸੰਤ ਸਿੰਘ ਮਸਕੀਨ ਜੀ ਕੋਲੋਂ ਕਿਸੇ ਨੇ ਸਵਾਲ ਕਰਤਾ, ਉਹਨਾਂ ਦੀਆਂ ਟੇਪਾਂ ਚੋਂ ਮੈਨੂੰ ਇਹ ਬਚਨ ਮਿਲੇ। ਮਸਕੀਨ ਜੀ ਨੂੰ ਇਹਨੂੰ ਇੱਕ ਗੁਰਮੁਖ ਪਿਆਰਾ ਕਹਿੰਦਾ, ਕਹਿੰਦਾ ਮਸਕੀਨ ਜੀ ਗੱਲ ਦੱਸੋ, ਮੈਂ ਸੁਣਿਆ ਕਿ ਜੇ ਸਿਮਰਨ ਵਿੱਚ ਮਨ ਨਾ ਲੱਗੇ ਤੇ ਸਿਮਰਨ ਨਹੀਂ ਕਰਨਾ ਚਾਹੀਦਾ, ਮਨ ਲੱਗੇ ਤਾਂ ਹੀ ਸਿਮਰਨ ਕਰਨਾ ਚਾਹੀਦਾ, ਕੀ ਇਹ ਠੀਕ ਹੈ? ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਇੱਕ ਬੜਾ ਪਿਆਰਾ ਉਹਨੂੰ ਜਵਾਬ ਦਿੱਤਾ, ਕਹਿੰਦੇ ਪਿਆਰਿਆ, ਮਨ ਲੱਗੇ ਤਾਂ ਸਿਮਰਨ ਕਰਨਾ ਚਾਹੀਦਾ, ਠੀਕ ਹੈ ਕਿ ਗਲਤ ਹੈ? ਗੱਲ ਦਾ ਜਵਾਬ ਮੈਂ ਤੈਨੂੰ ਦਿਆਂਗਾ, ਪਰ ਪਹਿਲੇ ਇੱਕ ਗੱਲ ਦਾ ਮੈਨੂੰ ਜਵਾਬ ਦੇ। ਕਹਿੰਦੇ ਜੀ ਉਹ ਕੀ? ਕਹਿੰਦੇ ਮੰਨ ਲੈ ਕਿਸੇ ਨੂੰ ਬੁਖਾਰ ਚੜ੍ਹਿਆ, ਗੱਲ ਸੁਣਿਓ ਧਿਆਨ ਨਾਲ, ਮੰਨ ਲੈ ਕਿਸੇ ਨੂੰ ਚੜ੍ਹਿਆ ਬੁਖਾਰ, ਉਹ ਡਾਕਟਰ ਕੋਲ ਗਿਆ, ਉਹਨੇ ਲਿਆਂਦੀ ਦਵਾਈ, 100-200 ਖਰਚਿਆ ਡਾਕਟਰ ਕੋਲ ਜਾ ਕੇ, 300 ਵੀ ਲੱਗਿਆ, ਸੁਣਿਓ, ਤੇਲ ਦਾ ਖਰਚਾ ਵੀ ਲੱਗਾ ਆਉਣ ਜਾਣ ਦਾ, ਸੁਣਿਓ, ਡਾਕਟਰ ਕੋਲ ਗਿਆ, ਬੁਖਾਰ ਦੀ ਦਵਾਈ ਲਿਆਂਦੀ ਤੇ ਦਵਾਈ ਲਿਆ ਕੇ ਰੱਖ ਦਿੱਤੀ ਫਰਿੱਜ ਦੇ ਉੱਤੇ, ਤੇ ਫਰਿੱਜ ਦੇ ਉੱਤੇ ਦਵਾਈ ਰੱਖ ਕੇ ਦਵਾਈ ਦੇ ਅੱਗੇ ਖਲੋ ਕੇ ਕਹੀ ਜਾਂਦਾ ਹੈ ਕਿ ਮੈਂ ਦਵਾਈ ਤਾਂ ਖਾਵਾਂਗਾ ਜਦੋਂ ਮੇਰਾ ਬੁਖਾਰ ਲੱਥੇਗਾ। ਕਹਦੇ ਵਾਹਿਗੁਰੂ ਵਾਹਿਗੁਰੂ।
ਮੈਂ ਦਵਾਈ ਤਾਂ ਖਾਵਾਂਗਾ ਜਦੋਂ ਮੇਰਾ ਬੁਖਾਰ ਲੱਥੇਗਾ। ਕਹਿੰਦੇ ਉਹ ਠੀਕ ਹੈ ਕਿ ਗੱਲ ਉਹ ਬੰਦਾ ਬੋਲ ਪਿਆ ਕਹਿੰਦਾ ਮਸਕੀਨ ਜੀ ਉਹ ਤਾਂ ਬਿਲਕੁਲ ਗਲਤ ਦਵਾਈ ਖਾਏਗਾ ਉਸ ਤੋਂ ਬਾਅਦ ਬੁਖਾਰ ਲੱਥੇਗਾ। ਕਹਿੰਦੇ ਤੇਰੀ ਗੱਲ ਦਾ ਜਵਾਬ ਏ ਮਨ ਜੁੜੇ ਤਾਂ ਸਿਮਰਨ ਕਰਨਾ ਗਲਤ, ਮਨ ਜੋੜਨ ਦੇ ਲਈ ਸਿਮਰਨ ਕਰਨਾ ਕਹਦੇ ਵਾਹਿਗੁਰੂ। ਮਨ ਜੁੜੇ ਤਾਂ ਬਾਣੀ ਪੜ੍ਹਨੀ ਗਲਤ, ਮਨ ਜੋੜਨ ਦੇ ਲਈ ਬਾਣੀ ਪੜ੍ਹਨੀ। ਜੇ ਮਨ ਨਹੀਂ ਜੁੜਦਾ ਤਾਂ ਹੋਰ ਨਿਤਨੇਮ ਵਧਾਓ, ਹੋਰ ਬੰਦਗੀ ਵਧਾਓ, ਹੋਰ ਅਭਿਆਸ ਵਧਾਓ। ਇਹ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦ ਤੱਕ ਪਾਪਾਂ ਦੀ ਰਾਸ ਉੱਚੀ ਹੈ ਨਾ ਪਾਪਾਂ ਦੀ, ਉਦੋਂ ਤੱਕ ਮਨ ਨਹੀਂ ਲੱਗਦਾ। ਕੋਈ ਗੱਲ ਨੀ ਘਬਰਾ ਨਾ, ਤੂੰ ਬਾਣੀ ਦਾ ਲੜਨਾ ਛੱਡ, ਇੱਕ ਦਿਨ ਆਏਗਾ ਤੇਰੇ ਪਾਪਾਂ ਨੂੰ ਬਾਣੀ ਨਸ਼ਟ ਕਰਦੀ ਜਾਏਗੀ। ਜਦੋਂ ਪਾਪਾਂ ਦਾ ਕੰਮ ਨੀਵਾਂ ਹੋ ਗਿਆ, ਪੁੰਨਾਂ ਦਾ ਪਲੜਾ ਭਾਰੀ ਹੋ ਗਿਆ, ਤੇ ਮਨ ਆਪੇ ਲੱਗ ਜਾਣਾ ਕਹਦੇ ਵਾਹਿਗੁਰੂ। ਤੇ ਜੇ ਨਹੀਂ ਲੱਗਦਾ ਨਾ ਟੈਨਸ਼ਨ ਨਾ ਲੈ, ਆਪਣੀ ਸਰੀਰਕ ਤੌਰ ਤੇ ਡਿਊਟੀ ਕਰਨੀ ਨਾ ਛੱਡ, ਮਨ ਆਪੇ ਇੱਕ ਦਿਨ ਉਹ ਜੋੜ ਜਾਏਗਾ। ਮੈਂ ਬੇਨਤੀ ਕਰ ਰਿਹਾ ਯਤਨ ਕਰਿਓ ਜ਼ਰੂਰ, ਮਨਾਂ ਨੂੰ ਟਿਕਾਣ ਦਾ ਨਾ ਟਿਕੇ ਉਹਦੀ ਲੀਲਾ, ਪਰ ਯਤਨ ਜ਼ਰੂਰ ਕਰਿਓ ਯਤਨ। ਤੇ ਮੇਰਾ ਇੱਕ ਸੁਭਾਅ ਹੈ, ਮੈਂ ਵਿੱਚੋਂ ਵਿੱਚੋਂ ਪੁੱਛਦਾ ਸੰਗਤ ਕੋਲ, ਇੱਥੇ ਤੇ ਆਪਾਂ ਇੰਨੀ ਗਿਣਤੀ ਚ ਨਹੀਂ ਬੈਠੇ, ਲੱਖਾਂ ਦੇ ਹਿਸਾਬ ਨਾਲ ਵੀ ਹਜ਼ਾਰਾਂ ਦੇ ਹਿਸਾਬ ਨਾਲ ਵੀ ਸੰਗਤਾਂ ਬੈਠੀਆਂ ਆਉਂਦੀਆਂ, ਪੁੱਛਦਾ ਬਈ ਦੱਸੋ ਸਾਡੀ ਕਥਾ ਕਿੱਥੇ ਸੀ। ਕਹਦੇ ਵਾਹਿਗੁਰੂ। ਨਹੀਂ ਨਹੀਂ ਏਦਾਂ ਨਹੀਂ, ਗੱਜ ਕੇ ਬੋਲੋ ਵਾਹਿਗੁਰੂ, ਫਿਰ ਬੋਲੋ ਸਾਰੇ ਵਾਹਿਗੁਰੂ। ਤੁਸੀਂ ਮਨ ਟਿਕਾ ਕੇ ਬਹਿਣ ਦਾ ਯਤਨ ਕਰਿਓ, ਜਦੋਂ ਮੈਂ ਪੁੱਛਾਂ ਤੇ ਮੈਨੂੰ ਖੁਸ਼ੀ ਹੋਵੇ ਜਦੋਂ ਤੁਸੀਂ ਉੱਚੀ ਬੋਲ ਕੇ ਦੱਸੋ ਜੀ ਸਾਡੀ ਕਥਾ ਇੱਥੇ ਸੀ। ਤੁਸੀਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਮਨਾ ਰਹੇ, ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਇਸ ਦਿਨ ਦੀਆਂ ਮੈਂ ਤੁਹਾਨੂੰ ਵਧਾਈਆਂ ਦੇ ਦਿੰਦਾ। ਗੁਰਸਿੱਖਾਂ ਮਨ ਵਧਾਈਆਂ, ਜਿੰਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜ। ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ। ਆਓ ਹੁਣ ਥੋੜਾ ਜਿਹਾ ਮਨ ਟਿਕਾਈਏ। ਇਹ ਤੇ ਸਭ ਨੂੰ ਪਤਾ ਹੈ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਅੰਦਰ ਹੋਇਆ, ਹੈਂਜੀ ਇਹ ਵੀ ਪਤਾ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ, ਇਹ ਵੀ ਪਤਾ ਪਹਿਲਾ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਇਆ ਹੋਇਆ, ਸਭ ਨੂੰ ਪਤਾ। ਬੱਚੇ ਬੱਚੇ ਨੂੰ ਪੁੱਛੋਗੇ ਉਹਨੂੰ ਪਤਾ। ਪਰ ਅੱਜ ਜਿਹੜਾ ਮੇਨ ਅਸੀਂ ਇੱਥੇ ਕੰਮ ਕਰਨਾ ਹੈ ਉਹ ਕਿਹੜਾ ਹੈ, ਉਹ ਕੰਮ ਪਤਾ ਕਿਹੜਾ ਹੈ? ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਵਾਜ਼ ਦਿੰਦੀ ਹੈ ਨਾ, ਉਸ ਆਵਾਜ਼ ਨੂੰ ਸੁਣਨ ਤੋਂ ਬਾਅਦ ਮੰਨਣਾ ਹੈ। ਕਹਦੇ ਵਾਹਿਗੁਰੂ। ਬਸ ਆਹ ਕੰਮ ਕਰਨਾ ਹੈ ਆਪਾਂ, ਆਹ ਕੰਮ। ਗੁਰੂ ਗ੍ਰੰਥ ਸਾਹਿਬ ਬਾਪੂ ਜੀ ਦੀਆਂ ਬੇਅੰਤ 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 ਵਡਿਆਈਆਂ ਨੇ, ਬੇਅੰਤ। ਇੱਕ ਅਧੂਰਾ ਬੰਦਾ ਪੂਰੇ ਦੀ ਵਡਿਆਈ ਨਹੀਂ ਕਰ ਸਕਦਾ, ਪਰ ਥੋੜੇ ਜਿਹੇ ਸਮੇਂ 'ਚ ਅਸੀਂ ਵਡਿਆਈ ਕਰਨ ਦਾ ਯਤਨ ਕਰੀਏ, ਇਸ ਵਾਸਤੇ ਨਹੀਂ ਕਿ ਆਪਾਂ ਅੰਤ ਪਾ ਲੈਣਾ, ਇਸ ਵਾਸਤੇ ਵਡਿਆਈ ਕਰਨੀ ਕਿ ਕਿਸੇ ਨਾ ਕਿਸੇ ਢੰਗ ਨਾਲ ਉਹਦੇ ਚਰਨਾਂ ਨਾਲ ਸਾਡੀ ਨੇੜਤਾ ਵੱਧ ਜਾਏ, ਤਾਂ ਵਡਿਆਈ। ਇਸ ਵਾਸਤੇ ਵਡਿਆਈ ਨਹੀਂ ਕਰਨੀ। ਕਈ ਗਿਆਨ ਦੀਆਂ ਕਿਤਾਬਾਂ ਪੜ੍ਹਦੇ, ਬੜੀਆਂ ਖੋਜਾਂ ਕਰਦੇ ਜੀ, ਅੰਤ 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 ਤੇ ਕੋਈ ਵੀ ਨਹੀਂ ਪਾ ਸਕਿਆ। ਕਹਦੇ ਵਾਹਿਗੁਰੂ, ਤੂੰ ਕਿੱਥੋਂ ਆ ਗਿਆ? ਅੰਤ ਕੋਈ ਵੀ ਨਹੀਂ ਪਾ ਸਕਿਆ, ਕੋਈ ਵੀ ਨਹੀਂ। ਪੜ੍ਹਦੇ ਹੀ ਹੋ, ਬਾਬੇ ਨਾਨਕ ਨੇ ਕਿਹਾ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ। ਪੜ੍ਹਦੇ ਹੋ ਨਾ, ਸੁਣਿਓ, ਅਸੀਂ ਵਡਿਆਈਆਂ ਇਸ ਵਾਸਤੇ ਨਹੀਂ ਕਰਨੀਆਂ, ਅੰਤ ਪਾਉਣਾ ਹੈ। ਵਡਿਆਈਆਂ ਇਸ ਵਾਸਤੇ ਕਰਨੀਆਂ ਕਿ ਸਾਡੇ ਮਨ ਤੋਂ ਪਾਪਾਂ ਦੀ ਮੈਲ ਹਲਕੀ ਹੋ ਜਾਵੇ, ਤਾਂ ਕਰਕੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅੰਤ ਵਡਿਆਈਆਂ ਨੇ, ਬੇਅੰਤ। ਉਹਨਾਂ ਚੋਂ ਇੱਕ ਦੋ ਵਡਿਆਈਆਂ ਅੱਜ ਅਸੀਂ ਸਾਂਝੀਆਂ ਕਰਨੀਆਂ ਗੁਰੂ ਪਰਿਵਾਰ ਵਿੱਚ, ਔਰ ਇਸ ਵਾਸਤੇ ਸਾਂਝੀਆਂ ਕਰਨੀਆਂ ਨੇ ਕਿ ਅਸੀਂ ਆਪਣੇ ਪਿਤਾ ਨੂੰ ਪਛਾਣੀਏ, ਤੇ ਪਛਾਣਨ ਤੋਂ ਬਾਅਦ ਪ੍ਰੇਮ ਕਰੀਏ, ਤੇ ਜਦੋਂ ਪ੍ਰੇਮ ਕਰੀਏ ਉਸ ਪ੍ਰੇਮ ਦੇ ਵਿੱਚ ਇਹੋ ਜਿਹੀਆਂ ਅਰਦਾਸਾਂ ਨਿਕਲਣ, ਇਹੋ ਜਿਹੀਆਂ ਅਰਦਾਸਾਂ ਦੱਤਿਆ, ਜੇ ਕਿਤੇ ਮੈਨੂੰ ਅਗਲਾ ਜਨਮ ਵੀ ਦੇਣਾ ਹੈ ਤੇ ਉਸ ਗੁਰਮੁਖ ਮਾਂ ਦੇ ਘਰ ਵਿੱਚ ਦੇਵੀਂ, ਉਹ ਜਿਹੜੀ ਬਚਪਨ ਦੇ ਵਿੱਚ ਮੈਨੂੰ ਤੇਰੀ ਬਾਣੀ ਤੇ ਬਾਣੇ ਦੇ ਲੜ ਲਾ ਦੇਵੇ। ਕਹਦੇ ਵਾਹਿਗੁਰੂ। ਆਓ ਜਰਾ ਪਛਾਣਨ ਦਾ ਯਤਨ ਕਰੀਏ, ਪਛਾਣਨ ਤੋਂ ਬਾਅਦ ਪ੍ਰੇਮ ਬਣਦਾ। ਦੁਨੀਆਂ ਦੇ ਉੱਤੇ ਗ੍ਰੰਥ ਬੜੇ ਨੇ, ਕਿਸੇ ਗ੍ਰੰਥ ਦੀ ਬੇਅਦਬੀ ਨਹੀਂ ਕਰਨੀ, ਸਭ ਸਤਿਕਾਰ ਯੋਗ, ਸਭ ਪੂਜਣ ਯੋਗ, ਪਰ ਗੁਰੂ ਪਦਵੀ ਕੇਵਲ ਇੱਥੇ ਹੀ ਹੈ। ਕਹਦੇ ਵਾਹਿਗੁਰੂ। ਅਸੀਂ ਕੀ ਕਹਿੰਦੇ ਹਾਂ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਗੁਰੂ ਪਦਵੀ ਇੱਥੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਅੰਦਰ ਜੋਤ ਟਿਕਾਈ ਗੁਰੂ ਤੇਗ ਬਹਾਦਰ ਸਾਹਿਬ ਨੇ, ਉਸੇ ਤਰ੍ਹਾਂ ਕਲਗੀਆਂ ਵਾਲੇ ਨੇ ਇੱਥੇ ਜੋਤ ਟਿਕਾਈ ਹੈ, ਟਿਕਾਈ। ਸੁਣੀ ਜਾਇਓ ਵਡਿਆਈ। ਔਰ ਇਹ ਭਾਈ ਵੀਰ ਸਿੰਘ ਜੀ ਨੇ ਆਪਣੀ ਲਿਖਤ ਵਿੱਚ ਬੜਾ ਸੋਹਣਾ ਲਿਖਿਆ, ਕਹਿੰਦੇ ਜਿਉਂ ਜਿਉਂ ਧਰਤੀ ਦੇ ਉੱਤੇ ਪਾਪ ਕਰਮ ਵਧੇ, ਜਿਉਂ ਜਿਉਂ ਤਿਉਂ ਤਿਉਂ ਨਿਰੰਕਾਰ ਨੇ ਅਵਤਾਰੀ ਪੁਰਸ਼ਾਂ ਨੂੰ ਭੇਜਿਆ, ਬਈ ਜਾਓ ਧਰਤੀ ਤੇ ਪਾਪਾਂ ਨੂੰ ਠੱਲ ਪਾਓ, ਪਾਪੀਆਂ ਦਾ ਨਾਸ਼ ਕਰੋ। ਗੱਲ ਸੁਣਨ ਵਾਲੀ,
ਤੇ ਕਹਿੰਦੇ ਜਿੰਨਾ ਕੁ ਵੱਡਾ ਪਾਪੀ ਹੁੰਦਾ ਸੀ ਓਨੀ ਤਾਕਤ ਦੇ ਕੇ ਨਿਰੰਕਾਰ ਭੇਜ ਦਿੰਦਾ ਸੀ ਅਵਤਾਰਾਂ ਨਾਲ, ਕਿਸੇ ਨੂੰ 14 ਕਲਾ, ਕਿਸੇ ਨੂੰ 16 ਕਲਾ ਦੇ ਕੇ ਭੇਜਿਆ। ਪਰ ਇੱਕ ਵੇਲਾ ਇਹੋ ਜਿਹਾ ਵੀ ਆਇਆ ਜਦੋਂ ਨਿਰੰਕਾਰ ਨੇ ਦੇਖਿਆ ਕਿ ਹੁਣ ਤੇ ਧਰਤੀ ਦੇ ਉੱਤੇ ਪਾਪਾਂ ਦਾ ਅੰਤ ਹੀ ਕੋਈ ਨਹੀਂ ਰਿਹਾ। ਕਹਿੰਦੇ ਵਾਹਿਗੁਰੂ, ਏਦਾਂ ਨੀ ਮੈਨੂੰ ਆਨੰਦ ਆਉਂਦਾ, ਗੱਜ ਕੇ ਬੋਲੋ ਵਾਹਿਗੁਰੂ। ਹੁਣ ਤੇ ਧਰਤੀ ਦੇ ਉੱਤੇ ਪਾਪਾਂ ਦਾ ਅੰਤ ਹੀ ਕੋਈ ਨਹੀਂ ਰਿਹਾ। ਅੱਗੇ ਇੱਕ ਰਾਵਣ ਸੀ, ਇੱਕ ਰਾਮ ਨੂੰ ਭੇਜਿਆ, ਇੱਕ ਕੰਸ ਸੀ, ਇੱਕ ਕ੍ਰਿਸ਼ਨ ਨੂੰ ਭੇਜਿਆ। ਨਿਰੰਕਾਰ ਕਹਿੰਦਾ ਹੁਣ ਤੇ ਘਰ ਘਰ ਰਾਵਣ ਬਣ ਬੈਠੇ ਨੇ। ਕਹਿੰਦੇ ਵਾਹਿਗੁਰੂ, ਹੁਣ ਅਵਤਾਰਾਂ ਨੂੰ ਭੇਜਣ ਨਾਲ ਗੱਲ ਨਹੀਂ ਬਣਨੀ, ਹੁਣ ਤੇ ਧਰਤੀ ਤੇ ਮੈਨੂੰ ਆਪ ਜਾਣਾ ਪੈਣਾ। ਧਰਤੀ ਤੇ ਮੈਨੂੰ, ਉੱਚੀ ਬੋਲੋ, ਧਰਤੀ ਤੇ ਮੈਨੂੰ ਆਪ ਜਾਣਾ ਪੈਣਾ। ਉਸ ਵੇਲੇ ਨਿਰੰਕਾਰ ਨੇ ਗੁਰੂ ਨਾਨਕ ਦਾ ਰੂਪ ਵਟਾਇਆ ਤੇ ਧਰਤੀ ਤੇ ਆਇਆ। ਗੱਲ ਸੁਣਿਓ, ਪਹਿਲੇ ਜਿੰਨੇ ਅਵਤਾਰ ਪੀਰ ਪੈਗੰਬਰ ਆਏ ਨਿਰੰਕਾਰ ਦੇ ਭੇਜੇ ਆਏ ਨੇ, ਗੁਰੂ ਨਾਨਕ ਨਿਰੰਕਾਰ ਦਾ ਭੇਜਿਆ ਨਹੀਂ ਆਇਆ, ਆਪ ਨਿਰੰਕਾਰ ਆਇਆ। ਇਹ ਫਰਕ ਦੇ, ਆਪ ਨਿਰੰਕਾਰ ਆਇਆ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਨਿਰੰਕਾਰ ਆਇਆ। ਵੱਡੀ ਵਡਿਆਈ ਗੁਰੂ ਗ੍ਰੰਥ ਸਾਹਿਬ ਦੀ, ਜਿੰਨੇ ਅਵਤਾਰ ਆਏ ਆਪਣੀ ਡਿਊਟੀ ਦਿੱਤੀ, ਪਾਪੀਆਂ ਦਾ ਖਾਤਮਾ ਕੀਤਾ, ਆਉਣ ਤੋਂ ਬਾਅਦ ਧਰਤੀ ਤੋਂ ਚਲੇ ਗਏ। ਆਉਣ ਤੋਂ ਬਾਅਦ ਧਰਤੀ ਤੋਂ, ਉੱਚੀ ਬੋਲੋ, ਆਉਣ ਤੋਂ ਬਾਅਦ ਧਰਤੀ ਤੋਂ ਚਲੇ ਗਏ। ਇਹ ਵੱਡੀ ਵਡਿਆਈ, ਕੱਛ ਅਵਤਾਰ ਆਏ, ਮੱਛ ਅਵਤਾਰ ਆਏ, ਨਰਸਿੰਘ ਅਵਤਾਰ ਆਏ, ਡਿਊਟੀਆਂ ਦਿੱਤੀਆਂ ਗਏ ਨਾ, ਪਰ ਇਹ ਵੱਡੀ ਵਡਿਆਈ ਬਾਬੇ ਨਾਨਕ ਦੀ, ਪਿਆਰਿਓ, ਜਿੰਨੇ ਅਵਤਾਰ ਧਰਤੀ ਤੇ ਆਏ ਆਪਣੀ ਡਿਊਟੀ ਦਿੱਤੀ, ਪਾਪੀਆਂ ਦਾ ਖਾਤਮਾ ਕੀਤਾ, ਖਾਤਮਾ ਕਰਨ ਤੋਂ ਬਾਅਦ ਇਸ ਧਰਤੀ ਤੋਂ ਚਲੇ ਗਏ। ਇਹ ਭਾਈ ਵੀਰ ਸਿੰਘ ਲਿਖਦੇ, ਕਹਿੰਦੇ ਜਿੰਨੇ ਅਵਤਾਰ ਧਰਤੀ ਤੇ ਆਏ ਆਉਣ ਤੋਂ ਬਾਅਦ ਗਏ, ਆਉਣ ਤੋਂ ਬਾਅਦ, ਆਉਣ ਤੋਂ ਬਾਅਦ ਗਏ। ਕਹਿੰਦੇ ਬਾਬਾ ਨਾਨਕ ਧਰਤੀ ਤੇ ਆਇਆ ਹੈ। ਕਹਿੰਦੇ ਵਾਹਿਗੁਰੂ, ਕਹਿੰਦੇ ਬਾਕੀ ਅਵਤਾਰ ਆਏ ਤੇ ਗਏ, ਬਾਬਾ ਧਰਤੀ ਤੇ ਆਇਆ, ਆਉਣ ਤੋਂ ਬਾਅਦ ਗਿਆ ਨਹੀਂ, ਦਸਵੇਂ ਜਾਮੇ ਤੋਂ ਬਾਅਦ ਸਦਾ ਸਦਾ ਵਾਸਤੇ ਸਾਡੀਆਂ ਝੋਲੀਆਂ ਭਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਬਹਿ ਗਿਆ। ਜਿੰਦਾ ਜਾਗਦਾ ਬੋਲਦਾ ਗੁਰੂ ਨਾਨਕ ਬੈਠਾ ਜੀ, ਉਸ ਤਰ੍ਹਾਂ ਜੋਤ ਟਿਕਾਈ ਹੈ ਸਤਿਗੁਰਾਂ ਨੇ, ਜੋਤ ਇਹ ਭਾਵਨਾ ਪਰਪੱਕ ਬਣਾਏ। ਜਿੰਨੇ ਅਵਤਾਰ ਆਏ ਗਏ ਆਉਣ ਤੋਂ ਬਾਅਦ, ਪਰ ਬਾਬਾ ਆਉਣ ਤੋਂ ਬਾਅਦ ਗਿਆ ਨਹੀਂ, ਅੱਜ ਵੀ ਹਾਜ਼ਰ ਨਾਜ਼ਰ ਚੌਂਕੜਾ ਮਾਰ ਕੇ ਬੈਠਾ। ਐਵੇਂ ਕਮਾਈ ਵਾਲੇ ਪੁਰਸ਼ਾਂ ਨੇ, ਬਾਬੇ ਨੰਦ ਸਿੰਘ ਵਰਗੀਆਂ ਨੇ ਬਚਨ ਨਹੀਂ ਕੀਤੇ, ਕਮਾਈ ਵਾਲੇ ਪੁਰਸ਼ਾਂ ਦੇ ਬਚਨਾਂ ਦੇ ਵਿੱਚ ਕੋਈ ਨਾ ਕੋਈ ਰਮਜ ਹੁੰਦੀ ਹੈ, ਉਹਨਾਂ ਨੇ ਹੰਡਾਈਆਂ ਹੁੰਦੀਆਂ, ਬਾਤਾਂ ਹੰਡਾਈਆਂ ਹੁੰਦੀਆਂ। ਬਾਬਾ ਨੰਦ ਸਿੰਘ ਦਾ ਬਚਨ ਹੈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਿਤਾਬ ਕਹਿੰਦਾ, ਕੋਈ ਵਰਕੇ, ਕੋਈ ਸ਼ਾਹੀ, ਕੋਈ ਜਿਲਦ ਕਹਿੰਦਾ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ। ਕਹਿੰਦੇ ਵਾਹਿਗੁਰੂ, ਕਿੰਨੀ ਬਰੀਕੀ, ਇਹ ਨਹੀਂ ਕਿਹਾ ਉਹਦੀ ਰਸਨਾ, ਕਿੰਨੀ ਨਿਮਰਤਾ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਿਤਾਬ, ਕੋਈ ਵਰਕੇ, ਕੋਈ ਸ਼ਾਹੀ, ਕੋਈ ਅੱਖਰ, ਕੋਈ ਜਿਲਦ ਕਹਿੰਦਾ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ, ਉਹ ਮੇਰੀਆਂ ਅੱਖਾਂ ਨਾਲ ਕੋਈ ਵੇਖੋ ਤੇ ਸਹੀ, ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਕਹਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ, 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 ਗ੍ਰੰਥ ਸਾਹਿਬ ਜੀ। ਵੇਖੋ ਬਾਕੀ ਅਵਤਾਰ ਆਏ ਤੇ ਗਏ, ਬਾਬਾ ਗਿਆ ਨਹੀਂ, ਤਾਂ ਹੀ ਤੇ ਅਸੀਂ ਕਹਿੰਦੇ ਹਾਂ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਬਾਕੀ ਆਏ ਗਏ, ਇਹ ਆਏ ਨੇ ਆਉਣ ਤੋਂ ਬਾਅਦ ਜਾਣਾ ਨਹੀਂ ਕਿਤੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਮਨਾਓਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਦਿਨ ਮਨਾਓਗੇ, ਪਰ ਜੇ ਕਹੋ ਜੋਤੀ ਜੋਤ ਸਮਾਉਣ ਦਾ ਦਿਨ, ਕੋਈ ਬਰਸੀ ਦਾ ਦਿਨ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਅੰਤਮ ਦਿਨ, ਇਹ ਕਦੀ ਨਹੀਂ ਮਨਾਇਆ ਜਾਏਗਾ। ਕਹਦੇ ਵਾਹਿਗੁਰੂ, ਵਾਹਿਗੁਰੂ, ਇਹ ਚੀਜ਼ ਨੂੰ ਪਛਾਣੋ, ਪਛਾਣਨ ਤੋਂ ਬਾਅਦ ਪ੍ਰੇਮ ਬਣੇਗਾ। ਜਦੋਂ 400 ਸਾਲਾਂ ਪਹਿਲਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਨਾ ਅੰਮ੍ਰਿਤਸਰ ਦੀ ਧਰਤੀ ਤੇ, ਨਿਊ ਅੰਮ੍ਰਿਤਸਰ ਦੀ ਧਰਤੀ ਤੇ ਬੜਾ ਵੱਡਾ ਪੰਡਾਲ ਲੱਗਦਾ ਸੀ, ਲੱਖਾਂ ਦੇ ਹਿਸਾਬ ਨਾਲ ਸੰਗਤਾਂ ਦਾ ਇਕੱਠ ਸੀ, ਉੱਥੇ ਵੱਖਰੇ ਵੱਖਰੇ ਧਰਮਾਂ ਦੇ
ਸੰਬੋਧਨ ਕਰਨ ਵਾਲੇ ਗੁਰਮੁਖ ਪਿਆਰੇ ਉੱਥੇ ਆਏ। ਇੱਕ ਮੁਸਲਮਾਨ ਧਰਮ ਦੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਬਦੁਲ ਬੁਖਾਰੀ ਵੀ ਉੱਥੇ ਆਏ। ਗੱਲ ਸੁਣਿਓ, ਮੈਨੂੰ ਕੁਦਰਤੀ ਬਚਨ ਚੇਤੇ ਆ ਗਿਆ। ਹੁਣ ਜਦੋਂ ਆਏ ਉਹਨਾਂ ਨੂੰ ਕਿਹਾ ਜੀ ਤੁਸੀਂ 2 ਮਿੰਟ ਕੁਝ ਬੋਲੋ, ਲਾਈਵ ਚੱਲ ਰਿਹਾ ਪ੍ਰੋਗਰਾਮ, ਇੰਡੀਆ ਦਾ ਪ੍ਰਾਈਮ ਮਿਨਿਸਟਰ ਬੈਠਾ, ਵੱਡੇ ਵੱਡੇ ਲੀਡਰ ਬੈਠੇ, ਲੱਖਾਂ ਦਾ ਇਕੱਠ। ਸੁਣਿਓ, ਹੁਣ ਜਦੋਂ ਉਸ ਮੁਸਲਮਾਨ ਨੂੰ ਬੋਲਣ ਲਈ ਕਿਹਾ ਗਿਆ ਕਿ ਤੁਸੀਂ 2 ਮਿੰਟ ਕੁਝ ਬੋਲੋ, ਉਸ ਵੇਲੇ ਉਹਨੇ ਮਾਈਕ ਫੜ ਕੇ ਪਤਾ ਕੀ ਆਖਿਆ, ਉਹਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ, ਉਹਦੇ ਜੋ ਨੇ ਲਫ਼ਜ਼ ਬੋਲੇ ਮੈਂ ਹੂ ਹੂ ਦਿਨਾਉਣ ਲੱਗਾ। ਇਹ ਗੱਲ ਨੂੰ ਸੁਣ ਕੇ ਨਾ ਤੁਹਾਡੇ ਰੋਮ ਰੋਮ ਚੋਂ ਤਗੜੀ ਵਾਚ ਜਕਾਰਾ ਨਿਕਲੇ, ਜੋਸ਼ ਵਾਲਾ, ਕਿ ਵੇਖੋ ਤੁਸੀਂ ਕਿਹਦੇ ਪੁੱਤਰ ਹੋ, ਤੁਸੀਂ ਕਿਹਦੀਆਂ ਧੀਆਂ ਜੇ, ਹੈਨੀ ਕਹਿੰਦੇ ਅਸੀਂ ਅਮੀਰ ਹਾਂ, ਅਮੀਰ ਆਪਣੇ ਅਮੀਰ ਵਿਰਸੇ ਨੂੰ ਪਛਾਣੀਏ। ਉਹ ਮੁਸਲਮਾਨ ਅਬਦੁਲ ਬੁਖਾਰੀ ਕੀ ਕਹਿੰਦਾ, ਕਹਿੰਦਾ ਜਿਸ ਦਿਨ ਸਾਰੀ ਦੁਨੀਆ ਦੇ ਬੰਦੇ ਧਾਰਮਿਕ ਪੱਖ ਤੋਂ ਸੂਝਵਾਨ ਹੋਣਗੇ, ਸੁਣਿਓ, ਜਿਸ ਦਿਨ ਸਾਰੀ ਦੁਨੀਆ ਦੇ ਬੰਦੇ ਧਾਰਮਿਕ ਪੱਖ ਤੋਂ ਸੂਝਵਾਨ ਹੋਣਗੇ, ਕਹਿੰਦੇ ਉਸ ਦਿਨ ਸਾਰੀ ਦੁਨੀਆ ਦਾ ਇੱਕੋ ਧਰਮ ਹੋਏਗਾ, ਸਿੱਖ ਧਰਮ। ਕਹਦੇ ਵਾਹਿਗੁਰੂ। ਅਗਲੀ ਗੱਲ ਸੁਣਿਓ ਤੇ ਜੋਸ਼ ਦੇ ਨਾਲ ਜਕਾਰਾ ਲਾਓ ਅੱਜ ਕੇ ਸਾਰੇ। ਕਹਿੰਦੇ ਜਿਸ ਦਿਨ ਸਾਰੀ ਦੁਨੀਆ ਦੇ ਬੰਦੇ ਧਾਰਮਿਕ ਪੱਖ ਤੋਂ ਸੂਝਵਾਨ ਹੋਣਗੇ, ਉਸ ਦਿਨ ਸਾਰੀ ਦੁਨੀਆ ਦਾ ਇੱਕੋ ਇੱਕ ਧਰਮ ਹੋਏਗਾ, ਸਿੱਖ ਧਰਮ। ਤੇ ਕਹਿੰਦਾ ਜਿਸ ਦਿਨ ਸਾਰੀ ਦੁਨੀਆ ਦੇ ਬੰਦੇ ਧਾਰਮਿਕ ਪੱਖ ਤੋਂ ਸੂਝਵਾਨ ਹੋ ਜਾਣਗੇ, ਉਸ ਦਿਨ ਸਾਰੀ ਦੁਨੀਆ ਦਾ ਇੱਕੋ ਇੱਕ ਗੁਰੂ ਹੋਏਗਾ, ਧੰਨ ਗੁਰੂ ਗ੍ਰੰਥ ਸਾਹਿਬ ਜੀ। ਸਤਿ ਸ੍ਰੀ ਅਕਾਲ। ਪਛਾਣਾ ਪੜੋਗੇ ਮੇਰਾ ਪੁੱਤਰ ਦੀ ਚਿੱਤ ਕਰ ਪਿਆ ਜੀ। ਸਤਿਗੁਰ ਮੇਰਾ ਸਦਾ ਸਦਾ, ਬਾਕੀ ਆਏ ਤੇ ਗਏ ਬਾਬਾ ਗਿਆ ਨੀ। ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਪਾ ਲਖ ਕੀਓ, ਓ ਗੁਰਸੈਨ ਕੋ ਰਾਜ ਅਬੈ ਭਗਤੈ ਜਨ ਦਿਓ। ਹੁਣ ਕਿਹੜਾ ਸਮਾਂ ਚੱਲ ਰਿਹਾ, ਕਲ ਯੁਗ ਪਰਮਾਰ ਨਾਨਕ ਗੁਰ ਅੰਗਦ ਅਮਰ ਕਹਾਇਓ, ਗੁਰੂ ਰਾਜ ਅਬ ਚਲ ਅਟਲ ਆ।
ना यो मरता ना हम डरे ना यो पिन से ना हम कड़े ਵੱਡੀ ਵਡਿਆਈ ਗੁਰੂ ਗ੍ਰੰਥ ਸਾਹਿਬ ਦੀ ਪਿਆਰਿਓ ਜਿੰਨੇ ਅਵਤਾਰ ਆਏ ਕਿਸੇ ਦੀ ਨਰਾਦਰੀ ਨਹੀਂ ਪਰ ਆਉਣ ਤੋਂ ਬਾਅਦ ਚਲੇ ਗਏ ਤਾਂ ਹੀ ਕਿ ਅਸੀਂ ਕਹਿੰਦੇ ਹਾਂ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਜੁਗੋ ਜੁਗ ਕਿਉਂ ਇੱਥੇ ਪ੍ਰਕਾਸ਼ ਦਿਹਾੜਾ ਹੈ ਪਰ ਬਰਸੀ ਨਹੀਂ ਜੋਤੀ ਜੋ ਸਮਾਉਣ ਦਾ ਦਿਨ ਨਹੀਂ ਕਹਦੇ ਵਾਹਿਗੁਰੂ ਵਾਹਿਗੁਰੂ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਛਾਣ ਕੇ ਜਾਇਓ ਤੇ ਪ੍ਰੇਮ ਪਾ ਕੇ ਜਾਇਓ ਇਹੋ ਜਿਹਾ ਪ੍ਰੇਮ ਪਾ ਕੇ ਜਾਇਓ ਰੋਟੀ ਤੋਂ ਬਿਨਾਂ ਤੇ ਗੁਜ਼ਾਰਾ ਕਰ ਲਿਓ ਗੁਰਸਿੱਖੋ ਰੋਟੀ ਤੋਂ ਬਿਨਾਂ ਤੇ ਗੁਜ਼ਾਰਾ ਕਰ ਲਿਓ ਪਰ ਨਿਤਨੇਮ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਾ ਹੋਵੇ ਕਹਦੇ ਵਾਹਿਗੁਰੂ ਅੰਮ੍ਰਿਤ ਵੇਲੇ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਾ ਹੋਵੇ ਇਹੋ ਜਿਹਾ ਪ੍ਰੇਮ ਅੱਜ ਪਾ ਕੇ ਜਾਇਓ ਪਛਾਣਨ ਤੋਂ ਬਾਅਦ ਬਣੇਗਾ ਉਹ ਤੋਂ ਪਹਿਲੇ ਇੱਕ ਬੜਾ ਵੱਡਾ ਮੈਸੇਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦੇ ਰਹੀ ਹੈ ਉਹ ਸੁਣਿਓ ਧਿਆਨ ਨਾਲ ਤੇ ਯਤਨ ਕਰਿਓ ਕਮਾਉਣ ਦਾ ਉਹ ਮੈਸੇਜ ਪਤਾ ਕੀ ਇਹ ਤੇ ਵਡਿਆਈ ਸੁਣੀ ਨਾ ਪਹਿਲੀ ਤੁਸੀਂ ਜਿੰਨੇ ਅਵਤਾਰ ਆਏ ਆਉਣ ਤੋਂ ਬਾਅਦ ਗਏ ਬਾਬਾ ਆਉਣ ਤੋਂ ਬਾਅਦ ਗਿਆ ਨਹੀਂ ਅੱਜ ਵੀ ਬੈਠਾ ਇਹ ਵਡਿਆਈ ਹੈ ਹੁਣ ਇੱਕ ਮੈਸੇਜ ਸੁਣਿਓ ਪਿਤਾ ਜੀ ਦਾ ਉਹ ਮੈਸੇਜ ਪਤਾ ਕੀ ਹੈ ਅੱਜ ਕੱਲ੍ਹ ਦੇ ਕੱਚੇ ਪਹਿਲੇ ਮੈਸੇਜ ਦਿੰਦੇ ਫਿਰਦੇ ਆ ਨਾ ਫਿਲਮਾਂ ਰਾਹੀਂ ਕਹਿ ਦਿਓ ਵਾਹਿਗੁਰੂ ਪਰ ਆਹ ਸੱਚਾ ਮੈਸੇਜ ਹੈ ਸੱਚਾ ਆ ਸੁਣਿਓ ਇਹਨੂੰ ਮੰਨੋ ਉਹ ਝੂਠੇ ਮੈਸੇਜ ਸੁਣਾਂਗੇ ਝੂਠੇ ਮੈਸੇਜ ਵੇਖਾਂਗੇ ਉਹਨਾਂ ਦੇ ਮਗਰ ਲੱਗਾਂਗੇ ਤੇ ਉਹਨਾਂ ਨੇ ਤੇ ਅੱਜ ਨਹੀਂ ਤੇ ਕੱਲ ਡੁੱਬਣਾ ਤੁਹਾਨੂੰ ਵੀ ਲਾਈ ਡੁੱਬਣਗੇ ਕਹਦੇ ਵਾਹਿਗੁਰੂ ਸੱਚਾਈ ਏ ਇਹਦੇ ਚ ਕੋਈ ਅਤ ਅਥ ਨਹੀਂ ਉਹਨਾਂ ਨੇ ਤੇ ਡੁੱਬਣਾ ਬੇੜਾ ਡੁੱਬਣਾ ਹੀ ਡੁੱਬਣਾ ਤੇ ਜਿਹੜੇ ਉਹਨਾਂ ਦੇ ਮਗਰ ਲੱਗੇ ਨੇ ਉਹਨਾਂ ਦਾ ਕਿਹੜਾ ਪਾਰ ਲੰਘਣਾ ਉਹਨਾਂ ਨੇ ਵੀ ਡੁੱਬੀ ਜਾਣਾ ਕਹਦੇ ਵਾਹਿਗੁਰੂ ਆਪਾਂ ਇਹਦੇ ਮਗਰ ਲੱਗੀ ਆਪਣੇ ਬੱਪੂ ਦੇ ਇਹ ਸੱਚਾ ਮੈਸੇਜ ਦਿੰਦੇ ਨੇ ਸੱਚਾ ਇਹਨਾਂ ਦਾ ਮੈਸੇਜ ਇਹੋ ਜਿਹਾ ਮੈਸੇਜ ਹੈ ਪਿਆਰਿਓ ਜਿੱਥੇ ਤੇਰਾ ਭਲਾ ਕਰੇਗਾ ਇਹਨਾਂ ਦਾ ਮੈਸੇਜ ਉੱਥੇ ਤੇਰੀਆਂ ਕੁੱਲਾਂ ਦਾ ਵੀ ਉਧਾਰ ਕਰੇਗਾ ਕੁੱਲਾਂ ਦਾ ਉਹ ਮੈਸੇਜ ਅੱਜ ਸੁਣ ਕੇ ਜਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਤਿਗੁਰਾਂ ਨੇ ਜਦੋਂ ਬਾਣੀ ਦਰਜ ਕੀਤੀ ਹੈ ਜਦੋਂ ਬਾਣੀ ਸਾਰੀ ਕਤਰਤ ਕੀਤੀ ਆ ਸਾਡੀ ਝੋਲੀ ਚ ਗ੍ਰੰਥ ਪਾਇਆ ਸਾਡੀ ਝੋਲੀ ਚ ਜਹਾਜ਼ ਪਾਇਆ ਹੈ ਸਾਨੂੰ ਇਸ ਜਹਾਜ਼ ਦੇ ਜਦੋਂ ਲੜ ਲਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਕਿਤੇ ਵੀ ਹਾਂ ਨੂੰ ਜਗ੍ਹਾ ਨਹੀਂ ਦਿੱਤੀ ਕਹਦੇ ਵਾਹਿਗੁਰੂ ਹਾਂ ਨੂੰ ਹਾਂ ਮਤਲਬ ਹਉਮੈ ਨੂੰ ਹੰਕਾਰ ਨੂੰ ਜਗ੍ਹਾ ਨਹੀਂ ਦਿੱਤੀ ਹੈਂਜੀ ਅੱਜ ਇਹ ਮੈਸੇਜ ਘਰ ਘਰ ਚ ਪਹੁੰਚਾਓ ਜੇ ਸਾਡੇ ਗੁਰੂ ਨੇ ਬਾਣੀ ਵਿੱਚ ਕਿਤੇ ਹਾਂ ਨੂੰ ਜਗ੍ਹਾ ਨਹੀਂ ਦਿੱਤੀ ਸਿੱਖਾ ਤੇਰੇ ਜੀਵਨ ਚ ਵੀ ਕਿਤੇ ਹਾਂ ਦੀ ਬੋ ਨਾ ਆਵੇ ਕਹਦੇ ਵਾਹਿਗੁਰੂ ਜਦੋਂ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਨਾ ਨਾਮ ਦੇ ਅੱਗੇ ਕਿਤੇ ਲਿਖਿਆ ਨਾਨਕ ਵਿਚਾਰਾ ਕਿਤੇ ਨੀਚ ਕਿਤੇ ਸੱਦ ਲਿਖਿਆ ਕਿਤੇ ਹਰਾਮ ਖੁਰ ਲਿਖਿਆ ਹੈ ਨੀ ਕਿਤੇ ਬਿਤਾਲਾ ਲਿਖਿਆ ਕਿਤੇ ਭੂਤਨਾ ਲਿਖਿਆ ਇੱਥੋਂ ਤੱਕ ਬਾਕੀ ਦੇ ਪੰਜ ਗੁਰੂ ਸਾਹਿਬਾਨਾਂ ਨੇ ਵੀ ਬਾਬੇ ਨਾਨਕ ਤੋਂ ਇਲਾਵਾ ਜਦੋਂ ਬਾਣੀ ਦਰਜ ਕੀਤੀ ਆਪਣਾ ਨਾਂ ਨੀ ਉੱਥੇ ਨਾਨਕ ਪਦੀ ਵਰਤਿਆ ਕਹਦੇ ਵਾਹਿਗੁਰੂ ਇਹ ਨਿਮਾਣੇਪਣ ਦੀ ਇੱਥੋਂ ਖੁਸ਼ਬੋ ਆਏਗੀ ਹਉਮੈ ਦੀ ਬੋ ਨਹੀਂ ਹਉਮੈ ਦੀ ਬੋ ਨਹੀਂ ਸ਼ੱਜੂ ਭਗਤ ਕਾਨਾ ਭਗਤ ਪੀਲੂ ਜੀ ਇਹਨਾਂ ਦੀ ਬਾਣੀ ਦਰਜ ਨਹੀਂ ਹੋਈ ਕਿਉਂ ਇਹਨਾਂ ਦੀ ਬਾਣੀ ਚ ਹਉਮੈ ਦੀ ਬੋ ਸੀ ਇੱਥੇ ਤੇ ਪਿਆਰ ਵਾਲਿਆਂ ਨੂੰ ਜਗ੍ਹਾ ਦਿੱਤੀ ਨਿਮਾਣਿਆਂ ਨੂੰ ਕਹਦੇ ਵਾਹਿਗੁਰੂ ਵਾਹਿਗੁਰੂ ਇਹ ਜਿੰਨੀ ਸੰਗਤ ਇੱਥੇ ਬੈਠੀ ਮੇਰੀ ਦੋਵੇਂ ਹੱਥ ਜੋੜ ਬੇਨਤੀ ਜੇ ਸਤਸੰਗੀਓ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਹਾਂ ਨੂੰ ਜਗ੍ਹਾ ਨਹੀਂ ਸਾਡੇ ਜੀਵਨ ਚ ਵੀ ਹਾਂ ਨੂੰ ਕਿਤੇ ਜਗ੍ਹਾ ਨਹੀਂ ਹੋਵੇ ਕਿਉਂਕਿ ਹਾਂ ਵਾਲੇ ਦਾ ਰਹਿੰਦਾ ਹੀ ਕੁਝ ਨਹੀਂ ਕਹਦੇ ਵਾਹਿਗੁਰੂ ਬਾਬਾ ਆਨੰਦ ਸਿੰਘ ਬੈਠੇ ਸੀ ਕੁਦਰਤੀ ਮੇਰੇ ਸਾਹਮਣੇ ਬਚਨ ਆ ਗਿਆ ਗੁਰਸਿੱਖਾਂ ਦੇ ਬਚਨ ਸੁਣਿਆ ਕਰੋ ਕਈ ਤੇ ਜਦੋਂ ਕਿਸੇ ਗੁਰਸਿੱਖ ਦਾ ਨਾਮ ਆਵੇ ਨਾ ਸਟੇਜ ਤੋਂ ਕੋਈ ਕੋਈ ਗੁਰੂ ਦਾ ਕੀਰਤਨੀਆਂ ਲੈ ਲੈ ਤੇ ਉਹਨਾਂ ਨੂੰ ਤਾਪ ਜਿਹਾ ਚੜ੍ਹਨਾ ਸ਼ੁਰੂ ਹੋ ਜਾਂਦਾ ਕਹਦੇ ਵਾਹਿਗੁਰੂ ਫਲਾਣੇ ਗੁਰਸਿੱਖ ਬਾਰੇ ਕਿਉਂ ਬੋਲੇ ਨੇ ਜਿਹਨਾਂ ਨੂੰ ਤਾਪ ਚੜ੍ਹਦਾ ਹੈ ਨਾ ਮੈਨੂੰ ਪਤਾ ਤੁਸੀਂ ਪ੍ਰੇਮ ਵਾਲੇ ਜੇ ਤੁਹਾਡੇ ਕੋਈ ਲਿੰਕ ਵਾਲਾ ਹੋਵੇ ਨਾ ਜਿਹਨੂੰ ਗੁਰਸਿੱਖਾਂ ਦੇ ਨਾਮ ਤੋਂ ਇੰਨਾ ਕੁਝ ਹੁੰਦਾ ਹੋਵੇ ਉਹਨੂੰ ਕਿਹਾ ਕਰੋ ਅਰਦਾਸ ਵਿੱਚ ਕਦੀ ਵੀ ਇਹ ਲਫ਼ਜ਼ ਨਾ ਬੋਲਿਆ ਕਰ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਉਹਦੇ ਚੁੱਪ ਹੋ ਜਾਏ ਬੋਲਿਆ ਨਾ
ਕਦੀ ਵੀ ਪੰਕਤੀਆਂ ਪੜਿਆ ਹੀ ਨਾ ਕਰ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਇਹ ਪੜੋ ਹੀ ਨਾ ਇਹ ਪੜੋ ਹੀ ਨਾ ਗੁਰਸਿੱਖਾਂ ਕੀ ਹਰ ਧੂੜ ਦੇ ਪੜੋ ਹੀ ਨਾ ਇਹ ਤੁਸੀਂ ਬਾਪੂ ਦੀ ਗੱਲ ਨਹੀਂ ਮੰਨੀ ਹੋਰ ਕਿਹਦੀ ਮੰਨੀ ਬਾਪੂ ਕਹਿੰਦਾ ਸਿੱਖ ਦਾ ਸਿੱਖ ਨਾਲ ਇਹੋ ਜਿਹਾ ਪਿਆਰ ਹੋਵੇ ਆਪਸ ਚ ਦੋਵੇਂ ਜਾਣੇ ਇੱਕ ਦੂਜੇ ਦਾ ਸਤਿਕਾਰ ਕਰਨ ਕਹਦੇ ਵਾਹਿਗੁਰੂ ਇਹ ਥੋੜੀ ਹੈ ਕਿ ਮੈਂ ਨੀਲੀ ਪੱਗ ਬਣਦਾ ਮੈਂ ਚਿੱਟੀ ਬਣਦਾ ਮੈਂ ਕਾਲੀ ਬਣਦਾ ਮੈਂ ਫਲਾਣੀ ਬਣਦਾ ਅੱਛਾ ਜੀ ਕਾਲੀ ਪੱਗ ਵਾਲੇ ਨੇ ਮੈਨੂੰ ਫਤਿਹ ਵਾਲੇ ਚਿੱਟੀ ਲਗਾ ਮੈਂ ਨਹੀਂ ਬੁਲਾਉਣੀ ਕਹਦੇ ਵਾਹਿਗੁਰੂ ਫਤਿਹ ਤੇਰੀ ਫਤਿਹ ਤੇਰੀ ਤੇਰੇ ਅੰਦਰ ਇੰਨਾ ਸਤਿਕਾਰ ਹੋਵੇ ਕਾਲੀ ਪੱਗ ਬੰਨਣ ਵਾਲਾ ਵੀ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ ਤੇ ਜੇ ਮੈਂ ਚਿੱਟੀ ਬਣੀ ਮੈਂ ਵੀ ਉਹਦਾ ਹੀ ਪੁੱਤ ਹਾਂ ਕਹਦੇ ਵਾਹਿਗੁਰੂ ਫਤਿਹ ਵੀ ਉਹਨੇ ਦਿੱਤੀ ਫਤਿਹ ਕਿਉਂ ਨੀ ਬੁਲਾਉਣੀ ਕਿਉਂ ਨੀ ਇੱਕ ਦੂਜੇ ਦਾ ਸਤਿਕਾਰ ਕਰਨਾ ਜਦੋਂ ਗੁਰਸਿੱਖ ਗੁਰਸਿੱਖ ਦਾ ਸਤਿਕਾਰ ਕਰਨਾ ਸਿੱਖ ਗਿਆ ਮੈਂ ਸੱਚ ਕਹਿਣਾ ਕੋਈ ਬਾਹਰਲਾ ਬੰਦਾ ਆ ਕੇ ਤੁਹਾਨੂੰ ਢਾ ਲਾ ਹੀ ਨਹੀਂ ਸਕਦਾ ਅੱਜ ਤੁਹਾਨੂੰ ਢਾ ਪਤਾ ਕਿਉਂ ਲੱਗਦੀ ਹੈ ਕਿ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੀ ਨਾ ਹਾਰੇ ਕਹਦੇ ਵਾਹਿਗੁਰੂ ਸੱਚਾਈ ਹੈ ਜੇ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਆਪਾਂ ਛੱਡ ਦਈਏ ਨਾ ਮੰਨ ਲਓ ਜੇ ਕੋਈ ਗੁਰੂ ਦਾ ਪ੍ਰਚਾਰਕ ਪ੍ਰਚਾਰ ਕਰਦਾ ਉਹਦੇ ਖਿਲਾਫ ਆਪਣੇ ਉੱਠ ਪੈਂਦੇ ਭੈਣ ਭਰਾ ਕਹਦੇ ਵਾਹਿਗੁਰੂ ਹੈ ਬਈ ਉਹ ਤੇ ਪ੍ਰਚਾਰ ਪਿਆ ਕਰਦਾ ਗੱਲਾਂ ਵੀ ਇਹੋ ਜਿਹੀਆਂ ਕਰਨਗੇ ਜੀ ਫਲਾਣੇ ਨੇ ਇੱਦਾਂ ਕਰਤਾ ਤੇ ਗੱਲਾਂ ਉਹ ਕਰਨਗੇ ਜਿਨ੍ਹਾਂ ਨੇ ਪੰਥ ਲਈ ਕਦੀ ਕੁਝ ਕੀਤਾ ਹੀ ਨਹੀਂ ਆਪਣਾ ਅੰਮ੍ਰਿਤ ਵੇਲਾ ਨਹੀਂ ਆਪਣਾ ਨਿਤਨੇਮ ਨਹੀਂ ਆਪਣਾ ਜੀਵਨ ਨਹੀਂ ਕਦੀ ਇੱਕ ਪਾਠ ਨਹੀਂ ਕੀਤਾ ਜਪਜੀ ਸਾਹਿਬ ਦਾ ਤੇ ਕਿੰਤੂ ਪਰੰਤੂ ਉਹਨਾਂ ਤੇ ਕਰਨਗੇ ਪਿਆਰੇ ਜਿਨ੍ਹਾਂ ਨੇ ਸਾਰਾ ਸਾਰਾ ਜੀਵਨ ਲਿਖ ਕੇ ਲਾਇਆ ਨਹੀਂ ਗੁਰਸਿੱਖ ਦੀ ਜਿੱਥੇ ਗੱਲ ਆਵੇ ਤੁਹਾਡਾ ਸੀਸ ਚੁੱਕੇ ਭਾਵੇਂ ਉਹ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਹੈ ਭਾਵੇਂ ਬਾਬੇ ਨੰਦ ਸਿੰਘ ਦੀ ਗੱਲ ਹੈ ਭਾਵੇਂ ਭਾਈ ਰਣਧੀਰ ਸਿੰਘ ਜੀ ਦੀ ਗੱਲ ਹੈ ਭਾਵੇਂ ਪਿਆਰੇ ਭਾਈ ਗੁਰਬਚਨ ਸਿੰਘ ਜੀ ਮਹਾਂਪੁਰਖ ਖਾਲਸਾ ਭਿੰਡਰਾਂ ਵਾਲੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਗੱਲ ਹੈ ਭਾਵੇਂ ਕਿਸੇ ਵੀ ਗੁਰਸਿੱਖ ਰੰਗ ਰਤੜੀ ਰੂਹ ਦੀ ਭਾਵੇਂ ਬਾਬਾ ਅਤਰ ਸਿੰਘ ਜੀ ਦੀ ਗੱਲ ਹੈ ਭਾਵੇਂ ਬਾਬਾ ਮਹਾ ਹਰਨਾਮ ਸਿੰਘ ਦੀ ਗੱਲ ਹੈ ਭਾਵੇਂ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੀ ਗੱਲ ਹੈ ਭਾਵੇਂ ਬਾਬਾ ਈਸ਼ਰ ਸਿੰਘ ਜੀ ਦੀ ਗੱਲ ਹੈ ਜਿਹਦੀ ਵੀ ਗੱਲ ਆਵੇ ਕਿਸੇ ਵੀ ਗੁਰਸਿੱਖ ਦੀ ਤੁਹਾਡਾ ਹਿਰਦਾ ਖਿਲਣਾ ਚਾਹੀਦਾ ਖਿੜਨਾ ਚਾਹੀਦਾ ਪੂਰਾ ਅੰਦਰੋਂ ਸ਼ੁਕਰ ਹੈ ਇਹ ਗੁਰਸਿੱਖ ਦੀ ਗੱਲ ਕਰਨ ਲੱਗੇ ਕਿਉਂਕਿ ਗੁਰਸਿੱਖਾਂ ਦੇ ਜੀਵਨ ਚੋਂ ਸੇਧਾਂ ਮਿਲਦੀਆਂ ਨੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨਾ ਗੱਲਾਂ ਵਾਲਿਆਂ ਨੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਇਹ ਬਾਬਾ ਆਨੰਦ ਸਿੰਘ ਬੈਠੇ ਤੇ ਇੱਕ ਸਿੱਧ ਵੀ ਨਾਲ ਬੈਠਾ ਸੀ ਆਇਆ ਸੀ ਮਹਾਂਪੁਰਖਾਂ ਨੂੰ ਮਿਲਣ ਤੇ ਕੁਦਰਤੀ ਇੱਕ ਬੀਬੀ ਆ ਗਈ ਉਹਨੇ ਬਾਬਾ ਜੀ ਨੂੰ ਫਤਿਹ ਬੁਲਾਈ ਬਾਬਾ ਆਨੰਦ ਸਿੰਘ ਜੀ ਬਾਬਾ ਜੀ ਮੱਥਾ ਨਹੀਂ ਸੀ ਟਿਕਾਉਂਦੇ ਉਹਨੇ ਫਤਿਹ ਬੁਲਾਈ ਤੇ ਉਹ ਜਿਹੜਾ ਸਿੱਧ ਬੈਠਾ ਸੀ ਨਾ ਉਹ ਬੀਬੀ ਨੇ ਨਾ ਬੱਚਾ ਕੁੱਛੜ ਚੁੱਕਿਆ ਸੀ ਆਪਣਾ ਮੁੰਡਾ ਉਹ ਸਿੱਧ ਦੀ ਜਦੋਂ ਨਿਗਾਹ ਪਈ ਨਾ ਉਸ ਮੁੰਡੇ ਦੇ ਉੱਤੇ ਤੇ ਬਾਬਾ ਜੀ ਵੱਲ ਇਸ਼ਾਰਾ ਕਰਕੇ ਪਤਾ ਕੀ ਕਹਿੰਦਾ ਕਹਿੰਦਾ ਮਹਾਂਪੁਰਖੋ ਇਹ ਜਿਹੜੀ ਬੀਬੀ ਮੱਥਾ ਟੇਕ ਕੇ ਗਈ ਨੇ ਜਿਹੜਾ ਬੱਚਾ ਕੁੱਛੜ ਚੁੱਕਿਆ ਨਾ ਇਹ ਗੁਰੂ ਕੋਲੋਂ ਮੈਂ ਦਵਾਇਆ ਕਹਿੰਦੋ ਇਹਦੇ ਘਰ ਬੱਚਾ ਹੁੰਦਾ ਨਹੀਂ ਸੀ ਮੈਂ ਅਰਦਾਸ ਕੀਤੀ ਤੇ ਮੇਰੀ ਅਰਦਾਸ ਕਬੂਲ ਹੋਈ ਗੁਰੂ ਕੋਲੋਂ ਮੈਂ ਦਵਾਇਆ ਤੇ ਬਾਬਾ ਆਨੰਦ ਸਿੰਘ ਹੱਸ ਪਏ ਕਹਿੰਦੇ ਸਿੱਧ ਜੀ ਬੀਬੀ ਦਾ ਗਿਆ ਕੁੱਝ ਨਹੀਂ ਤੇ ਤੁਹਾਡਾ ਰਿਹਾ ਕੁੱਝ ਨਹੀਂ ਜੇ ਅੰਦਰ ਹੈ ਕਿ ਮੈਂ ਦਵਾਇਆ ਤੂੰ ਕੌਣ ਹੁੰਦਾ ਕਹਿੰਦੇ ਵਾਹਿਗੁਰੂ ਜੇ ਗੁਰੂ ਨੇ ਤੇਰੀ ਕੋਈ ਅਰਦਾਸ ਕਬੂਲ ਕਰ ਵੀ ਲਈ ਹੈ ਨਾ ਇੱਥੇ ਨਿਮਾਣਾ ਬਣ ਕੇ ਸ਼ੁਕਰਾਨਾ ਕਰਦਾ ਤੇ ਸ਼ੁਕਰ ਹੈ ਤੇਰਾ ਤੂੰ ਮੇਰੇ ਗਰੀਬ ਦੀ ਝੋਲੀ ਭਰਤੀ ਆ ਮੈਂ ਇਹਦੇ ਨਾਲ ਸਭ ਕੁਝ ਡੁੱਲਦਾ ਤੇ ਪਿਆਰਿਓ ਜੇ ਅੰਦਰ ਨਿਮਰਤਾ ਆ ਜਾਵੇ ਨਾ ਤੇਰੀ ਥੋੜੀ ਕੀਤੀ ਭਗਤੀ ਵੀ ਥਾਂ ਪੈ ਜਾਂਦੀ ਹੈ ਮਹਾਰਾਜ ਨੇ ਆਪਣੇ ਅੰਦਰ ਹਉ ਨੂੰ ਜਗ੍ਹਾ ਨਹੀਂ ਦਿੱਤੀ ਤੂੰ ਵੀ ਨਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਬੈਠੇ ਸੀ ਨਾ ਇੱਕ ਵਾਰੀ ਕਰੋ ਦਰਸ਼ਨ ਕਹੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਇਹਦਾਂ ਨੇ ਗੱਜ ਕੇ ਬੋਲੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹ ਹੈ ਨਾ ਤੁਹਾਡਾ ਮੇਰਾ ਸਾਰਿਆਂ ਦਾ ਗੱਜ ਕੇ ਬੋਲੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਜੀ ਬੈਠੇ ਤੇ ਪੀਰ ਬੁੱਧੂ ਸ਼ਾਹ ਆਏ ਦਰਸ਼ਨ ਕਰਨ ਸੇਵਕ ਬੜੇ ਨਾਲ ਸੀ ਪੀਰ ਬੁੱਧੂ ਸ਼ਾਹ ਦੇ ਜਦੋਂ ਆਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਜੇ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਪਹਿਲੇ ਨਹੀਂ ਸੀ ਕੀਤੇ ਇਹ ਪਹਿਲੀ ਵਾਰ ਦੀ ਬਾਤ ਹੈ ਜਦੋਂ ਦਰਸ਼ਨ ਕੀਤੇ ਤੇ ਮਨ ਵਿੱਚ ਇੱਕ ਸ਼ੰਕਾ ਆ ਗਿਆ ਕਹਿੰਦੇ ਮੈਂ ਐਡੀ ਵੱਡੀ ਉਮਰ ਦਾ ਛੋਟੀ ਉਮਰ ਦੇ ਨੇ ਕਹਦੇ ਵਾਹਿਗੁਰੂ ਤੇ ਜਿਹੜੇ ਮੇਰੇ ਚੇਲੇ ਨੇ ਉਹ ਕੀ ਕਹਿਣਗੇ ਇੰਨੇ 500 ਚੇਲਿਆਂ ਨਾਲ ਆਏ ਸੀ 500 ਚੇਲਿਆਂ ਨਾਲ ਇਹ ਸਾਰੇ ਕੀ ਕਹਿਣਗੇ ਕਿ ਮੈਂ ਛੋਟੀ ਉਮਰ ਵਾਲੇ ਦੇ ਅੱਗੇ ਝੁਕ ਗਿਆ ਕਹਿੰਦੇ ਉਮਰ ਇਹਨਾਂ ਦੀ ਛੋਟੀ ਮੈਂ ਝੁਕਣਾ ਨਹੀਂ ਮਿੱਤਰਾਂ ਵਾਂਗੂ ਨਾ ਜਿਵੇਂ ਇੱਕ ਦੋਸਤ ਦੂਜੇ ਦੋਸਤ ਨੂੰ ਹੱਥ ਮਿਲਾਉਂਦਾ ਨਾ ਇਹਨਾਂ ਦਾ ਹੱਥ ਮਿਲਾਵਾਂਗੇ ਕਹਦੇ ਵਾਹਿਗੁਰੂ ਉਸ ਤੋਂ ਬਾਅਦ ਇੱਕ ਸਵਾਲ ਰੱਖਾਂਗੇ ਜੇ ਮੇਰੇ ਸਵਾਲ ਦਾ ਜਵਾਬ ਦੇ ਦੇਣਗੇ ਤੇ ਮਨ ਵੇਚ ਦਿਆਂਗੇ ਨਹੀਂ ਤੇ ਠਾਠਾ ਬਾਗਾ ਕਰਕੇ ਉਦਾਂ ਹੀ ਚਲੇ ਜਾਵਾਂਗੇ ਉਸ ਤੋਂ ਬਾਅਦ ਮਨ ਵੇਚਿਆ ਆਪਣੇ ਮੁਰੀਦ ਵੀ ਆਪਣੇ ਪੁੱਤਰ ਵੀ ਜੇ ਕਲਗੀਆਂ ਵਾਲੇ ਤੋਂ ਮਾਰਨੇ ਪਏ ਤੇ ਵਾਰੇ ਉਹਦੇ ਬਦਲੇ ਮੰਗਿਆ ਕੀ ਹੈ
ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੰਘੇ ਦੇ ਵਿੱਚ ਜਿਹੜੇ ਕੇਸ ਜਦੋਂ ਅਸੀਂ ਕੰਘਾ ਕਰਦੇ ਕੇਸ ਆ ਜਾਂਦੇ ਨਾ ਉਹ ਕੇਸਾਂ ਸਮੇਤ ਕੰਘਾ ਮੰਗਿਆ ਕਹਦੇ ਵਾਹਿਗੁਰੂ ਮੰਗਿਆ ਸੀ ਬਸ ਸੁਣਿਓ ਇਹ ਜਦੋਂ ਆਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਮਹਾਰਾਜ ਜੀ ਦੀ ਛੋਟੀ ਉਮਰ ਵੇਖ ਕੇ ਤੇ ਮਹਾਰਾਜ ਦੇ ਅੱਗੇ ਹੱਥ ਕੀਤਾ ਹੱਥ ਮਿਲਾਉਣ ਲਈ ਤੇ ਬਾਜਾਂ ਵਾਲਾ ਦਿਲਾਂ ਦੀਆਂ ਜਾਣਨ ਵਾਲਾ ਆਪਣੇ ਦੋਵਾਂ ਹੱਥਾਂ ਦੇ ਨਾਲ ਪੀਰ ਬੂਦੂ ਸ਼ਾਹ ਦਾ ਨਾ ਹੱਥ ਫੜ ਲਿਆ ਪਿਤਾ ਜੀ ਨੇ ਜਰਾ ਸੀਨ ਬਣਾਓ ਕੰਨ ਸਾਹਮਣੇ ਤੇ ਪਿਤਾ ਜੀ ਨਾ ਏਦਾਂ ਉਹਦਾ ਹੱਥ ਨੱਪਣ ਲੱਗ ਪਏ ਉਹ ਇੱਕੋ ਦਮ ਪਾਣੀ ਪਾਣੀ ਹੋ ਗਏ ਕਿ ਮੈਂ ਤੇ ਕਿਹਾ ਸੀ ਦੋਸਤਾਂ ਵਾਂਗੂ ਹੱਥ ਬਣਾਵਾਂਗੇ ਇਹਨਾਂ ਦੇ ਹੱਥ ਹੀ ਫੜ ਲਿਆ ਤੇ ਫਿਰ ਸਵਾਲ ਕੀਤਾ ਮਹਾਰਾਜ ਇੱਕ ਗੱਲ ਦਾ ਜਵਾਬ ਦਿਓ ਮਹਾਰਾਜ ਕਹਿੰਦੇ ਦੱਸੋ ਪੀਰ ਜੀ ਕਹਿੰਦੇ ਦੱਸੋ ਮਹਾਰਾਜ ਕਿਰਪਾ ਕਰਕੇ ਕਿ ਖੁਦਾ ਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ ਕਹਦੇ ਵਾਹਿਗੁਰੂ ਖੁਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ ਕਹਿੰਦੇ ਜੇ ਜਵਾਬ ਸਹੀ ਮਿਲੇਗਾ ਮਨ ਵੇਚਾਂਗੇ ਨਹੀਂ ਮਿਲੇਗਾ ਠੱਠਾ ਬਗਾ ਕਰਕੇ ਚਲ ਜਾਂਗੇ ਕਹਿੰਦਾ ਦੱਸੋ ਮਹਾਰਾਜ ਖੁਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰ ਸ਼ਬਦਾਂ ਦੇ ਵਿੱਚ ਹਾਏ 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 ਐ ਜਵਾਬ ਦੇ ਦਿੱਤਾ ਮਨ ਦੀ ਤਸੱਲੀ ਕਰਾ ਦਿੱਤੀ ਉਹ ਕਹਿੰਦਾ ਮਹਾਰਾਜ ਦੱਸੋ ਖੁਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ ਤੇ ਪਿਤਾ ਜੀ ਪਤਾ ਕੀ ਕਹਿੰਦੇ ਪੜਿਓ ਸਾਰੇ ਇਹ ਮਹਾਰਾਜ ਜੀ ਦੇ ਲਫ਼ਜ਼ ਨੇ ਕਈ ਹੁੰਦੀਆਂ ਨੇ ਧਾਰਨਾ ਹੈ ਨੀ ਕਈ ਹੁੰਦੇ ਨੇ ਉਹਦਾ ਧਾਰਮਿਕ ਗੀਤ ਗੁਰਬਾਣੀ ਦਾ ਕੀਰਤਨ ਹੈ ਨੀ ਕਈ ਨੇ ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲੇ ਇਤਿਹਾਸਕ ਬਚਨ ਜਿਵੇਂ ਮਹਾਰਾਜ ਨੇ ਕਿਹਾ ਭਾਈ ਬਹਿਲੋ ਸਭ ਤੋਂ ਪਹਿਲੋਂ ਇਤਿਹਾਸਕ ਬਚਨ ਇਹ ਕੋਈ ਧਾਰਨਾ ਨਹੀਂ ਹੈ ਨੀ ਕੋਈ ਪੜ੍ਹਦਾ ਹੈ ਸਤਿਕਾਰ ਕਰੋ ਮੈਂ ਕਿਸੇ ਦੀ ਨਰਾਦਰੀ ਨਹੀਂ ਬਹੁਤ ਚੰਗੀ ਗੱਲ ਜਿਹੜਾ ਵੀ ਜੋੜਦਾ ਜਿਵੇਂ ਵੀ ਜੋੜਦਾ ਮੈਂ ਕਹਿੰਦਾ ਉਹਦੇ ਪੈਰ ਧੋ ਕੇ ਪੀ ਲਈਏ ਕਹਦੇ ਵਾਹਿਗੁਰੂ ਜਿਹੜਾ ਗੁਰੂ ਨਾਲ ਜੋੜਨ ਦੀ ਕੋਈ ਗੱਲ ਕਰੇ ਹਰ ਇੱਕ ਦਾ ਆਪਣਾ ਆਪਣਾ ਢੰਗ ਹੈ ਕੋਈ ਰਾਗਾਂ ਦੇ ਵਿੱਚ ਕੀਰਤਨ ਕਰਦਾ ਕੋਈ ਸਿੱਧੀਆਂ ਧਾਰਨਾ 'ਚ ਬੋਲਦਾ ਕੋਈ ਕਥਾ ਕਰਦਾ ਕੋਈ ਕਥਾ ਕੀਰਤਨ ਕਰਦਾ ਕਿਸੇ ਦੀਆਂ ਲੱਤਾਂ ਨਾ ਖਿੱਚੋ ਸਹਿਯੋਗ ਦਿਓ ਸਹਿਯੋਗ ਹੁਣ ਇਹ ਇਤਿਹਾਸਕ ਬਚਨ ਨੇ ਕੋਈ ਇਹ ਧਾਰਨਾ ਨਹੀਂ ਕੋਈ ਗੁਰਬਾਣੀ ਨਹੀਂ ਕੋਈ ਧਾਰਮਿਕ ਗੀਤ ਨਹੀਂ ਇਹ ਮਹਾਰਾਜ ਜੀ ਦੀ ਰਸਨਾ ਤੋਂ ਨਿਕਲਿਆ ਬਚਨ ਪੀਰ ਬੂਦੂ ਸ਼ਾਹ ਕਹਿੰਦੇ ਮਹਾਰਾਜ ਖੁਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ ਤੇ ਕਲਗੀਆਂ ਵਾਲਾ ਬੋਲਿਆ ਕੀ ਪੀਰ ਜੀ ਹਾਂ ਮੂਆ ਕਿ ਅੰਦਰੋਂ ਜਦੋਂ ਹਾਂ ਮੁੱਕ ਗਈ ਹਾਂ ਮੂਆ ਹਾਂ ਬੋਲੋ ਹਾਂ ਮੂਆ ਜਦੋਂ ਅੰਦਰੋਂ ਮੈਂ ਮਰ ਗਈ ਹਾਂ ਮਰ ਗਈ ਹਾਂ ਮੂਆ ਅੱਗੋਂ ਕੀ ਕਹਿੰਦੇ ਹਾਂ ਮੂਆ ਖੁਦਾ ਹੁਆ ਹਾਂਜੀ ਹਾਂ ਹੁਣ ਸਾਹਿਬ ਦੀ ਬਾਣੀ ਦੀ ਮੋਹਰ ਲਵਾਲੀ ਹੈ ਨਾ ਹਿਰਦੇ ਗਰੀਬੀਆਂ ਗੁਰਮਤ ਹਿਰਦੇ ਗਰੀਬੀਆਂ ਹਿਰਦੇ ਗਰੀਬੀਆਂ ਗੁਰਮਤ ਹਿਰਦੇ ਗਰੀਬੀ ਆਵੇ ਹਿਰਦੇ ਗਰੀਬੀਆਂ
ਚੰਗਾ ਕੀਰਤਨ ਕਰ ਲੋ, ਚੰਗੀ ਕਥਾ ਕਰ ਲੋ, ਤਬਲਾ ਸੋਹਣਾ ਵਜਾ ਲੋ, ਅੰਮ੍ਰਿਤ ਵੇਲੇ ਉੱਠਣ ਵਾਲੇ ਬਣ ਜੋ, ਕਿਸੇ ਨੰਗੇ ਦਾ ਤਨ ਕੱਜਣ ਵਾਲੇ ਬਣ ਜੋ, ਭੁੱਖੇ ਦਾ ਪੇਟ ਭਰਨ ਵਾਲੇ ਬਣ ਜੋ, ਕਿਸੇ ਵਿਧਵਾ ਬੀਬੀ ਦੇ ਘਰ ਦਾ ਰਾਸ਼ਨ ਦਾ ਸਾਧਨ ਬਣ ਜੋ, ਭਾਵੇਂ ਕਿਸੇ ਲੋੜਵੰਦ ਬੱਚੀ ਦੀ ਸ਼ਾਦੀ ਦਾ ਸਾਧਨ ਬਣ ਜੋ, ਭਾਵੇਂ ਲੋੜਵੰਦ ਬੱਚੇ ਦੀ ਮਹੀਨਾਵਾਰੀ ਫੀਸ ਸਕੂਲ 'ਚ ਭਰ ਕੇ ਉਹਦੀ ਪੜ੍ਹਾਈ ਦਾ ਸਾਧਨ ਬਣ ਜੋ, ਸੇਵਾ ਕਰ ਲੋ, ਸਿਮਰਨ ਕਰ ਲੋ, ਜੋ ਕੁਝ ਮਰਜ਼ੀ ਕਰ ਲੋ, ਪਰ ਵੇਖਿਓ ਸਭ ਕੁਝ ਕਰਨ ਦੇ ਬਾਵਜੂਦ ਕਿਤੇ ਮੈਂ ਦੀ ਪੜ੍ਹਾਈ ਨਾ ਕਰ ਬੈਠਿਓ, ਸਭ ਕੁਝ ਕਰਨ ਦੇ ਬਾਵਜੂਦ ਇਹੋ ਹੀ ਕਹਿਣਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਮੇਰੀ ਕੋਈ ਚਤਰਾਈ ਨਹੀਂ, ਤੇਰੀ ਵਡਿਆਈ ਵਰਤ ਰਹੀ ਹੈ, ਜੇ ਤੂੰ ਮੈਨੂੰ ਸਾਧਾ ਬਣਾ ਦਿੱਤਾ, ਮੈਂ ਕਿਸੇ ਲੋੜਵੰਦ ਬੱਚੀ ਦੀ ਸ਼ਾਦੀ ਤੇ ਪੈਸਾ ਲਾ ਦਿੱਤਾ, ਇਹ ਤੇਰੀ ਕਿਰਪਾ, ਜੇ ਕਿਤੇ ਤੂੰ ਮੈਨੂੰ ਮੰਗਣ ਵਾਲਿਆਂ ਦੀ ਲਾਈਨ ਚ ਰੱਖਿਆ ਹੁੰਦਾ, ਮੈਨੂੰ ਦਿੱਤਾ ਹੀ ਨਾ ਹੁੰਦਾ, ਮੈਂ ਲਾਉਂਦਾ ਕਿੱਥੋਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਪ੍ਰਿੰਸੀਪਲ ਭਾਵੇਂ ਬਣੇ ਵਪਾਰੀ, ਸਭ ਕੁਝ ਬਣੋ, ਪਰ ਹੰਕਾਰੀ ਨਾ ਬਣਿਓ, ਹੰਕਾਰੀ ਨਾ ਬਣਿਓ, ਕਿਉਂ, ਕਿਉਂਕਿ ਅਹੰਕਾਰੀਆਂ ਨਿੰਦਕਾਂ ਹੰਕਾਰੀਆਂ ਵੱਲੋਂ ਪਿੱਠੇ ਉਹਦੀ, ਕਾਮੀ ਬਖਸ਼ੇ ਗਏ, ਕ੍ਰੋਧੀ ਬਖਸ਼ੇ ਗਏ, ਵਕਾਰੀ ਬਖਸ਼ੇ ਗਏ, ਗੁਰੂ ਚਰਨਾਂ 'ਚ ਆ ਕੇ ਹੰਕਾਰੀ ਨਹੀਂ ਬਖਸ਼ਿਆ ਜਾਂਦਾ। ਬਾਬੇ ਨੇ ਆਪਣੇ ਬਾਣੀ ਵਿੱਚ ਕਿਤੇ ਹਾਂ ਨੂੰ ਜਗ੍ਹਾ ਨਹੀਂ ਦਿੱਤੀ, ਕਹਦੇ ਵਾਹਿਗੁਰੂ ਵਾਹਿਗੁਰੂ, ਫਿਰ ਗੱਜ ਕੇ ਬੋਲੋ ਵਾਹਿਗੁਰੂ, ਜਿਸ ਮੁਕਾਮ ਤੇ ਮਰਜ਼ੀ ਪਹੁੰਚੋ, ਅੰਦਰਲੀ ਗਰੀਬੀ ਦਾ ਪੱਲਾ ਨਾ ਕਦੀ ਛੱਡਿਓ, ਅੰਦਰਲੀ ਗਰੀਬੀ ਨਹੀਂ ਛੱਡਣੀ ਕਦੀ, ਹੈਂਜੀ, ਸੰਗਤ ਚ ਹੀ ਆਏ ਹੋ ਨਾ, ਸੰਗਤ ਚ ਜਦੋਂ ਸੰਗਤ ਚ ਆਏ ਹੋ ਨਾ, ਇਹ ਗਿਆਨੀ ਸੰਸੰਗ ਮਸਕੀਨ ਦਾ ਵਚਨ ਹੈ, ਉਹਨਾਂ ਦੀ ਕਥਾ ਚੋਂ ਮੈਨੂੰ ਬੜਾ ਸ਼ੌਂਕ ਹੈ, ਮੈਂ ਹਰ ਇੱਕ ਮਹਾਂਪੁਰਖ ਨੂੰ ਸੁਣਦਾ, ਹਰੇਕ ਮਹਾਂਪੁਰਖ ਹਰ ਕਥਾ ਵਾਚਕ ਨੂੰ ਸਭ ਨੂੰ ਸੁਣਦਾ, ਹਰੇਕ ਕੋਲੋਂ ਗੁਣ ਲਈਦੇ ਨੇ, ਕਹਦੇ ਵਾਹਿਗੁਰੂ, ਤੇ ਜਿਹੜੇ ਚੰਗੇ ਲੱਗਣ ਉਹ ਫਿਰ ਸੰਗਤ ਚ ਵੰਡ ਦੇਈਦੇ, ਹੈਨੀ, ਕਿ ਤੁਸੀਂ ਅੱਗੋਂ ਪ੍ਰਚਾਰ ਕਰੋ ਇਹ ਚੀਜ਼ਾਂ ਦਾ। ਉਹਨਾਂ ਦੀ ਟੇਪ ਤੇ ਇੱਕ ਬਚਨ ਮੈਨੂੰ ਮਿਲਿਆ, ਮੇਰਾ ਬੜਾ ਚਿੱਤ ਕਰਦਾ ਤੁਹਾਡੇ ਨਾਲ ਸਾਂਝਾ ਕਰਾਂ, ਕਹਿੰਦੇ ਸਿੱਖ ਨਿਮਰਤਾ ਨੂੰ ਸਿਰ ਦੀ ਦਸਤਾਰ ਸਮਝੇ ਤੇ ਹਉਮੈ ਨੂੰ ਪੈਰਾਂ ਦਾ ਜੋੜਾ ਸਮਝੇ, ਹਉਮੈ ਨੂੰ ਪੈਰਾਂ ਦਾ ਜੋੜਾ ਸਮਝੇ, ਤੇ ਉਹਨਾਂ ਨੇ ਬਚਨ ਕੀਤਾ ਆਪਣੀ ਕਥਾ ਵਿੱਚ, ਕਹਿੰਦੇ ਜਦੋਂ ਸਿੱਖ ਸੰਗਤ 'ਚ ਆਵੇ ਨਾ, ਉਹ ਨਿਮਰਤਾ ਦੀ ਦਸਤਾਰ ਸਜਾ ਕੇ ਆਵੇ, ਹਉਮੈ ਦਾ ਪੈਰਾਂ ਦਾ ਜੋੜਾ ਸੰਗਤ ਤੋਂ ਬਾਹਰ ਹੀ ਲਾ ਕੇ ਆਵੇ, ਸਾਰੇ ਬਾਬਾ ਦੀਪ ਸਿੰਘ ਥੋੜੀ ਬਣ ਜਾਣਗੇ, ਕਹਿੰਦੇ ਵਾਹਿਗੁਰੂ ਮੈਂ ਕਹਾਂ ਏਦਾਂ ਮੈਂ ਲੜ ਸਕਦਾ, ਮੈਂ ਨਹੀਂ ਲੜ ਸਕਦਾ, ਤੁਸੀਂ ਲੜ ਸਕਦੇ, ਨਹੀਂ ਲੜ ਸਕਦੇ, ਇੱਕ ਹੱਥ ਵਿੱਚ ਸੀਸ ਦੂਜੇ ਹੱਥ ਵਿੱਚ ਖੰਡਾ, ਹਰ ਕੋਈ ਬਾਬਾ ਦੀਪ ਸਿੰਘ ਨਹੀਂ ਬਣ ਸਕਦਾ, ਇਹ ਜਿੱਥੇ ਪੰਕਤੀਆਂ ਢੁੱਕਦੀਆਂ ਨੇ ਖੰਡੇ ਵਾਲੇ ਬਾਬੇ ਵੱਲ, ਕਹਿ ਦਿਓ ਧੰਨ ਬਾਬਾ ਦੀਪ ਸਿੰਘ ਜੀ, ਨਹੀਂ ਏਦਾਂ ਨਹੀਂ ਗੱਲ ਬਣਦੀ,
ਗੱਜ ਕੇ ਬੋਲੋ ਧੰਨ ਬਾਬਾ ਦੀਪ ਸਿੰਘ ਜੀ, ਫਿਰ ਕਹੋ ਧੰਨ ਬਾਬਾ ਦੀਪ ਸਿੰਘ ਜੀ। ਜਿੱਥੇ ਇਹ ਪੰਕਤੀਆਂ ਢੁਕਦੀਆਂ ਨੇ ਬਾਬਾ ਦੀਪ ਸਿੰਘ ਜੀ ਦੇ ਉੱਤੇ, ਉੱਥੇ ਇਹ ਪੰਕਤੀਆਂ ਦਾ ਇੱਕ ਹੋਰ ਬੜਾ ਡੰਗਿਆਈ ਵਾਲਾ ਅਰਥ ਹੈ। ਪਤਾ ਕੀ ਇਹ ਮਹਾਂਪੁਰਖ ਸੋਝੀ ਦਿੰਦੇ ਸੀ, ਕਹਿੰਦੇ ਮਹਾਰਾਜ ਜੀ ਨੇ ਪਤਾ ਕੀ ਕਿਹਾ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਕਲੀ ਗਲੀ ਮੇਰੀ ਆਓ। ਇਹਦਾ ਕੀ ਮਤਲਬ ਹੈ? ਕਹਿੰਦੇ ਜਦੋਂ ਮੇਰੀ ਗਲੀ ਵਿੱਚ ਆ ਰਹੇ ਪ੍ਰੇਮ ਵਾਲੀ ਗਲੀ ਚ, ਸਿਰ ਧਰ ਤਲੀ, ਕਹਿੰਦੇ ਆਪਣੇ ਦਿਮਾਗ ਦੀਆਂ ਆਪਣੇ ਸਿਰ ਦੀਆਂ ਸਾਰੀਆਂ ਵਿਚਾਰਾਂ ਨੂੰ ਤਲੀ ਤੇ ਧਰ ਕੇ ਲਿਆ, ਕਹਿੰਦੇ ਵਾਹਿਗੁਰੂ, ਤਾਂ ਜੋ ਤੇਰੀਆਂ ਵਿਚਾਰਾਂ ਤੋਂ ਖਾਲੀ ਇਸ ਦਿਮਾਗ ਦੇ ਅੰਦਰ, ਇਸ ਮਨ ਦੇ ਅੰਦਰ, ਇਸ ਸੁਰਤ ਦੇ ਅੰਦਰ ਗੁਰੂ ਦੀ ਕੋਈ ਗੱਲ ਟਿਕ ਸਕੇ। ਆਪਣੀਆਂ ਗੱਲਾਂ ਲੈ ਆਵਾਂਗੇ ਫਿਰ ਗੱਲ ਨਹੀਂ ਬਣਨੀ, ਇੱਥੇ ਤੇ ਨਿਮਾਣੇ ਬਣ ਕੇ ਆਉਣਾ ਆਪਣੇ ਆਪ ਨੂੰ ਖਾਲੀ ਕਰਕੇ, ਤਾਂ ਗੁਰੂ ਦੀ ਬਖਸ਼ਿਸ਼ ਟਿਕੇਗੀ। ਕਹਦੇ ਵਾਹਿਗੁਰੂ, ਜਿੱਥੇ ਮਰਜ਼ੀ ਪਹੁੰਚੋ ਪਰ ਗਰੀਬੀ ਦਾ, ਅੰਦਰਲੀ ਗਰੀਬੀ ਦਾ ਲੜ ਨਾ ਕਦੀ ਛੱਡਿਓ, ਹੈਨੀ ਨਿਮਾਣੇ ਬਣਦਾ। ਅਖੀਰਲੀ ਗੱਲ ਇਸ ਤੋਂ ਬਾਅਦ ਆਪਾਂ ਫਤਿਹ ਬੁਲਾ ਦੇਣਾ। ਇੱਕ ਤੁਸੀਂ ਸੇਵਾ ਪੰਥੀ ਸੰਪਰਦਾਏ ਬਾਰੇ ਸੁਣਦੇ ਹੀ ਹੋ, ਭਾਈ ਘਨੱਈਆ ਜੀ ਤੋਂ ਇਹ ਸਾਰੀ ਸੰਪਰਦਾ ਸ਼ੁਰੂ ਹੋਈ। ਸੇਵਾ ਪੰਥੀ ਸੰਪਰਦਾਏ ਦੇ ਇੱਕ ਮਹਾਂਪੁਰਸ਼ ਹੋਏ ਨੇ ਬਾਬਾ ਬੁੱਧੂ ਸਾਹਿਬ। ਇੱਕ ਵਾਰ ਦਾ ਜ਼ਿਕਰ ਮਿਲਦਾ, ਮਹਾਰਾਜਾ ਰਣਜੀਤ ਸਿੰਘ ਗਏ ਉਹਨਾਂ ਨੂੰ ਮਿਲਣ, ਗੱਲ ਸੁਣਿਓ ਧਿਆਨ ਨਾਲ। ਤੇ ਮਹਾਂਪੁਰਖਾਂ ਵੱਲੋਂ ਹਦਾਇਤ ਸੀ ਕਿ ਜਿਹੜਾ ਵੀ ਸਾਡੇ ਕੋਲ ਆਵੇ ਪਹਿਲੇ ਲੰਗਰ ਛਕੇ ਫਿਰ ਆਵੇ ਸਾਡੇ ਕੋਲ। ਹੁਣ ਮਹਾਰਾਜਾ ਰਣਜੀਤ ਸਿੰਘ ਕਦੀ ਮਿਲੇ ਨਹੀਂ ਸੀ ਮਹਾਂਪੁਰਖਾਂ ਨੂੰ। ਜਦੋਂ ਸੁਣਿਆ ਮਿਲਿਆ ਕਿ ਮਹਾਂਪੁਰਖਾਂ ਨੇ ਕਿਹਾ ਲੰਗਰ ਛਕਣ ਤੋਂ ਬਾਅਦ ਆਉਣਾ ਪੰਗਤ 'ਚ ਬਹਿ ਗਏ, ਤੇ ਉਸ ਦਿਨ ਕੁਦਰਤੀ ਨਾ ਮਹਾਂਪੁਰਖ ਆਪ ਹੀ ਲੰਗਰ ਦੀ ਸੇਵਾ ਕਰ ਰਿਹਾ। ਇਹਨਾਂ ਨੇ ਸਮਝਿਆ ਸ਼ਾਇਦ ਕੋਈ ਗੁਰਦੁਆਰੇ ਦਾ ਸੇਵਾਦਾਰ, ਤੇ ਪੁੱਛਦੇ ਨੇ ਮਹਾਰਾਜਾ ਰਣਜੀਤ ਸਿੰਘ, ਕਹਿੰਦੇ ਜੀ ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ, ਕਿੱਥੇ ਦਰਸ਼ਨ ਹੋਣਗੇ? ਜਦੋਂ ਸੰਗਤ ਇਸ਼ਾਰਾ ਕਰਨ ਲੱਗੀ ਕੋਈ ਮਹਾਂਪੁਰਸ਼ਾਂ ਨੇ ਹੱਥ ਦੇਤਾ ਵੀ ਕਿਸੇ ਨੇ ਬੋਲਣਾ ਨਹੀਂ, ਕਹਿੰਦੇ ਤੁਸੀਂ ਲੰਗਰ ਛਕੋ ਹੁਣੇ ਮਿਲਾਉਣੇ। 8-10 ਮਿੰਟਾਂ ਵਿੱਚ ਉਹਨਾਂ ਲੰਗਰ ਛਕ ਲਿਆ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜੀ ਮੈਂ ਮਿਲਣਾ ਬਾਬਾ ਬੁੱਧੂ ਸਾਹਿਬ ਨੂੰ, ਕਿੱਥੇ ਮਿਲਣਗੇ? ਕਮਾਈ ਸਿਖਰ ਦੀ ਸੀ, ਸਿਖਰ ਦੀ ਕਮਾਈ, 24 ਚੋਂ 24 ਘੰਟੇ ਬੰਦਗੀ, ਤੇ ਵੇਖਿਓ ਗਰੀਬੀ ਅੰਦਰ ਕਿੱਥੇ ਖੜਾ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜੀ ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ, ਕਿੱਥੇ ਮਿਲਣਗੇ? ਤੇ ਬਾਬਾ ਬੁੱਧੂ ਸਾਹਿਬ ਕਹਿੰਦੇ ਤੁਸੀਂ ਮੇਰੇ ਮਗਰ ਮਗਰ ਆ ਗਏ ਸੀ। ਉਹੀ ਮਹਾਂਪੁਰਖ ਮਹਾਰਾਜਾ ਰਣਜੀਤ ਸਿੰਘ ਸਮਝੇ ਸ਼ਾਇਦ ਕੋਈ ਸੇਵਾ ਦਾ, ਅੱਗੇ ਅੱਗੇ ਮਹਾਂਪੁਰਖ, ਪਿੱਛੇ ਪਿੱਛੇ ਮਹਾਰਾਜਾ ਰਣਜੀਤ ਸਿੰਘ ਨਾਲ ਸਾਰੀਆਂ ਸੰਗਤਾਂ। ਤੇ ਪਿਆਰਿਓ ਬਾਬਾ ਬੁੱਧੂ ਸਾਹਿਬ ਚਲੇ ਗਏ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ, ਗੁਰੂ ਜੀ ਨੂੰ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਤੇ ਗੁਰੂ ਜੀ ਦੀ ਹਜ਼ੂਰੀ 'ਚ ਖਲੋ ਕੇ ਪੁੱਛਦੇ ਨੇ ਬਾਬਾ ਬੁੱਧੂ ਸਾਹਿਬ ਜੀ ਮਹਾਰਾਜਾ ਰਣਜੀਤ ਸਿੰਘ ਜੀ ਤੁਸੀਂ ਕਿਹਨੂੰ ਮਿਲਣਾ? ਜੀ ਬੁੱਧੂ ਸਾਹਿਬ ਨੂੰ ਮਿਲਣਾ। ਅੱਗੇ ਮਿਲੇ ਨਹੀਂ ਕਦੀ? ਕਹਿੰਦੇ ਨਹੀਂ ਮਿਲੇ। ਪਹਿਲੀ ਵਾਰੀ ਆਏ ਜੀ, ਪਹਿਲੀ ਵਾਰੀ ਹੈ। ਕਿਹਨੂੰ ਮਿਲਣਾ? ਕਹਿੰਦੇ ਬੁੱਧੂ ਸਾਹਿਬ ਨੂੰ। ਤੇ ਬਾਬਾ ਬੁੱਧੂ ਸਾਹਿਬ ਕਹਿੰਦੇ ਅੱਛਾ ਮਹਾਰਾਜਾ ਰਣਜੀਤ ਸਿੰਘ ਜੀ, ਜੇ ਬੁੱਧੂ ਨੂੰ ਮਿਲਣਾ ਆ ਖਲੋਤਾ, ਜੇ ਸਾਹਿਬ ਨੂੰ ਮਿਲਣਾ ਤੇ ਚੌਂਕੜਾ ਮਾਰ ਕੇ ਆ ਬੈਠਾ। ਕਹਦੇ ਵਾਹਿਗੁਰੂ ਵਾਹਿਗੁਰੂ। ਦੇਖੋ ਨਿਮਾਣਾਪਨ, ਕਮਾਈ ਹੋਣ ਦੇ ਬਾਵਜੂਦ ਵੀ ਅੰਦਰਲੀ ਗਰੀਬੀ। ਇਹ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ, ਗੁਰੂ ਗ੍ਰੰਥ ਸਾਹਿਬ ਦਾ ਇਹ ਵੱਡਾ ਮੈਸੇਜ ਹੈ, ਜਿੱਥੇ ਮਰਜ਼ੀ ਪਹੁੰਚੋ ਆਪਣਾ ਮਨ ਨੀਵਾਂ ਤੇ ਮਤ ਉੱਚੀ ਰੱਖਿਓ। ਕਹਦੇ ਵਾਹਿਗੁਰੂ। ਮਨ ਨੀਵਾਂ ਤੇ ਮਤ ਉੱਚੀ ਰੱਖਿਓ, ਉੱਚੀ ਕਹਦੇ ਵਾਹਿਗੁਰੂ। ਅੰਦਰ ਕਿਸੇ ਗੱਲ ਦਾ ਕਦੀ ਹੰਕਾਰ ਨਾ ਆਵੇ, ਮੈਂ ਨਾ ਆਵੇ। ਮੈਂ ਵਾਲੇ ਡੁੱਬਦੇ ਨਹੀਂ ਇਕੱਲੇ, ਸਾਥੀਆਂ ਨੂੰ ਵੀ ਲੈ ਡੁੱਬਦੇ ਨੇ। ਮੈਂ ਨਾ ਕਰਿਓ, ਜਦੋਂ ਕਦੇ ਮੈਂ ਆਉਣ ਲੱਗੇ ਆਪਣਾ ਪੁਰਾਣਾ ਵਕਤ ਚੇਤੇ ਕਰ ਲਿਆ ਕਰੋ। ਮੈਂ ਤੇ ਉਵੇਂ ਜਿਹਨੂੰ ਕੋਈ ਪਹਿਲੇ ਪਾਣੀ ਦਾ ਘੁੱਟ ਵੀ ਨਹੀਂ ਸੀ ਛਦਾਉਂਦਾ, ਮਹਾਰਾਜ ਜੇ ਕੋਈ ਰੰਗ ਭਾਗ ਲਾਏ ਮੇਰੀਆਂ ਚਤਰਾਈਆਂ ਨੇ। ਕਉ ਨਾਨਕ ਸਭ ਤੇਰੀ ਵਡਿਆਈ, ਕਉ ਨਾਨਕ ਸਭ ਤੇਰੀ ਵਡਿਆਈ, ਬੋਲੋ ਕਉ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ। ਨਾ ਜਾਣੇ ਮੇਰਾ ਕੋਈ ਨਾਉ, ਨਾ ਜਾਣੇ ਮੇਰਾ ਕੋਈ ਨਾਉ, ਨਾ ਜਾਣੇ ਮੇਰਾ ਕੋਈ ਨਾਉ, ਨਾ ਜਾਣੇ ਮੇਰਾ। ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚੋ, ਅੰਦਰਲੀ ਨਿਮਰਤਾ ਦਾ, ਅੰਦਰਲੀ ਗਰੀਬੀ ਦਾ ਕਲੀ ਕਦੀ ਵੀ ਪੱਲਾ ਨਾ ਛੱਡੀਏ। ਗੁਰੂ ਮਿਹਰ ਕਰੇ, ਇਹ ਅੱਜ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਆਪਣੇ ਆਪਣੇ ਘਰਾਂ 'ਚ ਲੈ ਕੇ ਜਾਇਓ। ਗੁਰੂ ਮਿਹਰ ਕਰੇ ਸਾਡੇ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਆਪਣੇ ਚਰਨਾਂ 'ਚ ਲਾਉ। ਬੇਅੰਤ ਬੇਅੰਤ ਸ਼ੁਕਰਾਨਾ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦਰਸ਼ਨ ਕਰਾਏ। ਗੁਰੂ ਕਿਰਪਾ ਕਰੇ, ਆਓ ਇਹ ਪੰਕਤੀਆਂ ਪੜ੍ਹੋ, ਉਸ ਤੋਂ ਬਾਅਦ ਆਪਾਂ ਫਤਿਹ ਬੁਲਾ ਰਹੇ ਹਾਂ। ਸਾਰੀ ਸੰਗਤ ਕਿਰਪਾ ਕਰਿਓ।
बड़े मेरे साहेबा गैर गंभीरा उनी गहीरा कोई न जाने तेरा के ताके बड़े चीरा कोई न जाने तेरा के ताके बड़े चीरा। सारे मिलके बोलो बड़े मेरे साहेबा